ਸਸਕਲ ਜੀ ਜਾਗਤੀ ਰੱਜ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਡੇ ਨਾਲ ਫਿਰ ਰੂਬਰੂ ਹੋ ਰਿਹਾ ਮੈਂ ਗੌਤਮ ਜਲੰਦਰੀ ਤੇ ਅੱਜ ਸਾਡੇ ਗੱਲਬਾਤ ਦਾ ਵਿਸ਼ਾ ਹੈ ਜਿਹੜੇ ਕਰੋਨਾ ਦੇ ਕਾਰਨ ਪਿਛਲੇ ਲੰਬੇ ਸਮੇਂ ਤੋਂ ਸਕੂਲ ਬੰਦ ਨੇ ਤੇ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਪੇਰੈਂਟਸ ਨੂੰ ਤੇ ਸਕੂਲ ਵਾਲਿਆਂ ਨੂੰ ਤੇ ਪੰਜਾਬ ਸਰਕਾਰ ਦੇ ਜਿਹੜੇ ਆਦੇਸ਼ ਹੈ ਉਹਨਾਂ ਨੂੰ ਲੈ ਕੇ ਜਿਹੜਾ ਪੂਰਾ ਜਿਹੜਾ ਐਜੂਕੇਸ਼ਨ ਦਾ ਸਿਨੈਰੀਓ ਐ ਇਸ ਲਈ ਬਣਿਆ ਹੋਇਆ ਹਾਲਾਤ ਬਣੇ ਹੋਏ ਆ ਸਿੱਖਿਆ ਨੂੰ ਲੈ ਕੇ ਅੱਜ ਅਸੀਂ ਉਹਨਾਂ ਤੇ ਗੱਲਬਾਤ ਕਰਾਂਗੇ ਕਿਉਂਕਿ ਪਿਛਲੇ 8-9 ਮਹੀਨੇ ਹੋ ਗਏ ਆ ਜਦੋਂ ਤਾਂ ਮਾਰਚ ਤੋਂ ਲਾਕਡਾਊਨ ਲੱਗਿਆ ਹੈ ਕਈ ਤਰ੍ਹਾਂ ਦੀ ਜਿਹੜੀ ਆਨਲਾਈਨ ਜਿੱਦਾਂ ਪੜ੍ਹਾਈ ਚੱਲਦੀ ਪਈ ਹੈ ਫਿਰ ਵੀ ਸਕੂਲ ਬੰਦ ਨੇ ਵੱਡੀਆਂ ਕਲਾਸਾਂ ਹੁਣ ਚਾਲੂ ਹੋਈਆਂ ਪਰ ਹਾਲੇ ਵੀ ਜਿਹੜਾ ਉਸ ਤਰ੍ਹਾਂ ਦਾ ਇੱਕ ਜਿਹੜਾ ਐਜੂਕੇਸ਼ਨ ਸਿਸਟਮ ਐ ਪੂਰੀ ਤਰ੍ਹਾਂ ਨਹੀਂ ਹੋ ਪਾਇਆ ਜਿਸ ਤਰ੍ਹਾਂ ਕਿ ਪਹਿਲਾਂ ਇੱਕ ਬੱਚਿਆਂ ਦੀ ਸਿੱਖਿਆ ਚੱਲ ਰਹੀ ਸੀ ਅੱਜ ਇਹਨਾਂ ਸਾਰੇ ਮੁੱਦਿਆਂ ਤੇ ਅਸੀਂ ਖੁੱਲ੍ਹ ਕੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਜਿਹੜੇ ਲੁਧਿਆਣਾ ਦੇ ਜਿਹੜੇ ਗ੍ਰੀਨਲੈਂਡ ਸਕੂਲ ਦੇ ਪ੍ਰਮੁੱਖ ਤੇ 올 ਇੰਡੀਆ ਜਿਹੜੇ ਫੈਡਰੇਸ਼ਨ ਦੇ ਇੰਡੀਪੈਂਡੈਂਟ ਸਕੂਲ ਫੈਡਰੇਸ਼ਨ ਦੇ ਜਿਹੜੇ ਸੀਨੀਅਰ ਵਾਈਸ ਪ੍ਰਧਾਨ ਡਾਕਟਰ ਰਜੇਸ਼ ਰੁਦਰਾ ਜਿਨ੍ਹਾਂ ਨਾਲ ਇਹਨਾਂ ਸਾਰੇ ਮੁੱਦਿਆਂ ਤੇ ਅਸੀਂ ਅੱਜ ਖੁੱਲ੍ਹ ਕੇ ਗੱਲਬਾਤ ਕਰਾਂਗੇ ਸਾਨੂੰ ਪਹਿਲਾਂ ਡਾਕਟਰ ਜੈਸ਼ੁਰਦਰ ਜੀ ਤੁਹਾਡਾ ਸਵਾਗਤ ਹੈ ਜਾਗਤੀ ਲਹਿਰ 'ਚ ਮਿਹਰਬਾਨੀ ਜੀ ਕਿ ਪਹਿਲੇ ਤਾਂ ਮੈਂ ਗੋਤਮ ਜੀ ਤੁਹਾਡਾ ਥੈਂਕਸ ਕਰਦਾ ਕਿ ਤੁਸੀਂ ਇਸ ਵਿਸ਼ੇ ਉੱਤੇ ਜਿਹੜਾ ਅੱਜ ਡਿਸਕਸ਼ਨ ਵਾਸਤੇ ਤੁਸੀਂ ਸਪੈਸ਼ਲ ਤੌਰ ਤੇ ਟਾਈਮ ਦਿੱਤਾ ਜਿਹ ਟਾਈਮ ਰੱਖਿਆ ਜਾਗਰਤੀ ਲਹਿਰ ਦਾ ਜੋ ਕਿ ਮੈਂ ਸਮਝਦਾ ਕਿ ਬੜੀ ਧੀਰ ਤੋਂ ਤੁਸੀਂ ਇਸ ਸਮਾਜ ਦੀ ਸੇਵਾ ਕਰ ਰਹੇ ਹੋ ਇੱਕ ਅੱਛੇ ਜਰਨਲਿਸਟ ਹੋ ਤਾਂ ਪਿਛਲੇ ਕਾਫੀ ਸਾਲਾਂ ਤੋਂ ਮੈਂ ਤੁਹਾਨੂੰ ਜਾਣਨਾ ਤੁਸੀਂ ਜੋ ਸਮਾਜ ਨੂੰ ਦਿੱਤਾ ਔਰ ਇਸ ਕੰਟਰੀ ਨੂੰ ਦਿੱਤਾ ਸੰਸੀਅਲ ਤੁਸੀਂ ਸੇਵਾ ਕਰ ਰਹੇ ਹੋ ਔਰ ਹਰ ਮੁੱਦੇ ਉੱਤੇ ਤੁਸੀਂ ਬੜਾ ਗਹਿਰਾਈ ਜਾ ਕੇ ਇਸ ਚੀਜ਼ ਨੂੰ ਲੈਨੇ ਹੋ ਕੋਈ ਵੀ ਟੌਪਿਕ ਹੋਵੇ ਮੈਂ ਤੁਹਾਡੀ ਕਾਫੀ ਚਰਚਾ ਪਹਿਲੇ ਸੁਣੀ ਡਿਫਰੈਂਟ ਟੌਪਿਕਸ ਦੇ ਉੱਪਰ ਔਰ ਬੜਾ ਅੱਛਾ ਲੱਗਦਾ ਤੁਸੀਂ ਗਹਿਰਾਈ ਜਾਣਦੇ ਹੋ ਵਿਸ਼ਾ ਨੂੰ ਪੂਰਾ ਲੈਨੇ ਹੋ ਤੋ ਇਸ ਵਾਸਤੇ ਮੈਂ ਤੁਹਾਡਾ ਥੈਂਕਸ ਕਰਦਾ ਠੀਕ ਹੈ ਡਾਕਟਰ ਸਾਹਿਬ ਇਹ ਜਿਹੜੀ ਐਸੁੱਲੇ ਅਸੀਂ ਅੱਜ ਗੱਲ ਕਰਨ ਆਏ ਆਂ ਆ ਜਿਸ ਮੁੱਦੇ ਤੇ ਵੀ ਜਿਹੜਾ ਕਰੋਨਾ ਪੈਂਡਮਿਕ ਕਰਕੇ ਪਿਛਲੇ 8-9 ਮਹੀਨੇ ਤੋਂ ਜਿਹੋ ਜਿਹੇ ਹਾਲਾਤ ਬਣੇ ਹੋਏ ਆ ਸਕੂਲ ਬੰਦ ਨੇ ਵੱਡੀਆਂ ਕਲਾਸਾਂ ਹੀ ਚੱਲ ਰਹੀਆਂ ਤੇ ਆਨਲਾਈਨ ਜ਼ਿਆਦਾਤਰ ਐਜੂਕੇਸ਼ਨ ਹੋ ਰਹੀ ਹੈ ਜਿਹੜਾ ਕਰੋਨਾ ਤੋਂ ਲੈ ਕੇ ਹੁਣ ਤੱਕ ਦਾ ਬੜੇ ਜਿਹੜਾ ਟਾਈਮ ਆਇਆ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਕੀ ਐਸੁੱਲੇ ਜਿਹੜੇ ਇਹ ਕੋਵਿਡ-19 ਜਿਹੜੇ ਹਾਲਾਤ ਬਣੇ ਆ ਜੀ ਇਹ ਜਿਹੜੀ ਜਿਹੜੀ ਪ੍ਰੋਬਲਮ ਆਈ ਹੈ ਇਹ ਸਾਰੇ ਵਰਲਡ ਵਿੱਚ ਹੀ ਆਈ ਹੈ ਬੜੀ ਸੀਰੀਅਸ ਪ੍ਰੋਬਲਮ ਹੈ ਇਹਦੇ ਨਾਲ ਜਿੱਥੇ ਅਲੱਗ-ਅਲੱਗ ਫੀਲਡ ਅਲੱਗ-ਅਲੱਗ ਵਪਾਰ ਅਲੱਗ-ਅਲੱਗ ਚੀਜ਼ਾਂ ਨੂੰ ਇਫੈਕਟ ਹੋਇਆ ਉੱਥੇ ਮੈਂ ਸਮਝਦਾ ਸਭ ਤੋਂ ਜ਼ਿਆਦਾ ਗਰ ਇਫੈਕਟ ਹੋਇਆ ਉਹ ਐਜੂਕੇਸ਼ਨ ਹੋਇਆ ਬੱਚਿਆਂ ਨੂੰ ਹੋਇਆ ਟੀਚਰਜ਼ ਨੂੰ ਹੋਇਆ ਇਹਦਾ ਅਸਰ ਸਭ ਤੋਂ ਜ਼ਿਆਦਾ ਸਾਡੀ ਐਜੂਕੇਸ਼ਨ ਲਾਈਨ ਤੇ ਪਿਆ ਅੱਜ ਸਾਰੇ ਹਿੰਦੁਸਤਾਨ 'ਚ ਜਿੰਨੇ ਸਕੂਲ ਨੇ ਉਹ ਬੜੀ ਬੁਰੀ ਤਰ੍ਹਾਂ ਇਹਨਾਂ ਇਹਨਾਂ ਅਫੈਕਟਡ ਹੈ টিਚਰਸ ਕਾਫੀ ਸਫਰ ਕਰ ਰਹੇ ਨੇ ਬੱਚੇ ਕਾਫੀ ਸਫਰ ਕਰ ਰਹੇ ਨੇ ਨੁਕਸਾਨ ਹੋ ਰਿਹਾ ਹੈ ਬੱਚੇ ਘਰਾਂ 'ਚ ਬੈਠੇ ਨੇ ਐਜੂਕੇਸ਼ਨ ਸਿਸਟਮ ਪੂਰੀ ਤਰ੍ਹਾਂ ਨਾਲ ਡਗਮਗਾਇਆ ਹੋਇਆ ਹੈ ਇਸ ਵळे ਸਾਡੀ ਰੋਜ਼ ਸਾਰੇ ਪੰਜਾਬ ਦੇ ਸਕੂਲਾਂ ਦੇ ਨਾਲ ਜਾਂ ਆਲ ਇੰਡੀਆ ਦੇ ਸਕੂਲਾਂ ਦੇ ਅਸੀਂ ਡਿਸਕਸ਼ਨ ਚੱਲਦੀ ਰਹਿੰਦੀ ਹੈ ਬਹੁਤ ਸਾਰੇ ਸਕੂਲ ਬੰਦ ਹੋਣ ਦੀ ਗੱਲ ਆ ਤੇ ਆ 70 ਸਾਲ ਲੱਗੇ ਇਸ এডੂਕੇਸ਼ਨ ਸਿਸਟਮ ਨੂੰ ਅਸੀਂ ਕਿੱਥੋਂ ਤੋਂ ਲੈ ਕੇ ਕਿੱਥੇ ਲੈ ਗਏ ਚੱਕ ਕੇ ਲੈ ਗਏ ਵਰਲਡ ਲੈਵਲ ਦੇ ਉੱਪਰ ਅਸੀਂ ਪਹੁੰਚ ਗਏ ਲੇਕਿਨ ਅੱਜ ਅਸੀਂ ਜਿਸ ਤੰਗ ਨਾਲ ਕਿਉਂਕਿ ਕਿਸੇ ਪਾਸਿਓਂ ਨਾ ਸਾਨੂੰ ਹੈਲਪ ਮਿਲ ਰਹੀ ਹੈ ਨਾ ਸਹਿਯੋਗ ਮਿਲ ਰਿਹਾ ਹੈ ਅਲਟੀਮੇਟਲੀ ਬਹੁਤ ਸੇ ਸਕੂਲ ਜਿਹੜੇ ਐਸ ਵਲੇ ਇਸ ਨੁਕਸਾਨ ਨੂੰ ਜਾਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਰਹੇ ਉਹ ਬੰਦ ਹੋਣ ਦੀ ਕगार ਤੇ ਆ ਗਏ ਜਿਹਦਾ ਅਲਟੀਮੇਟਲੀ ਨੁਕਸਾਨ ਇਸ ਦੇਸ਼ ਨੂੰ ਸਮਾਜ ਨੂੰ ਖਾਸ ਤੌਰ ਤੇ ਬੱਚਿਆਂ ਨੂੰ ਹੋਏਗਾ ਜੇ ਆਪਾਂ ਗੱਲ ਕਰੀਏ ਵੀ ਐਸੋ ਲਈ ਜੇ এডਿਕੇਸ਼ਨ ਹੈ ਜੇ ਆਪਾਂ ਆਨਲਾਈਨ ਬੱਚਿਆਂ ਨੂੰ ਪੜ੍ਹਾਉਂਦੀ ਹੈ ਉਹ ਕਿਸ ਤਰ੍ਹਾਂ ਆਪਾਂ ਦੇ ਪਾ ਰਹੇ ਆ ਕਿ ਉਹ ਜਿਸ ਤਰ੍ਹਾਂ ਚੱਲ ਰਹੀ ਹੈ ਵੀ ਉਹਨਾਂ ਕੀ ਸਰਟੀਫਿਕੇਸ਼ਨ ਹੈ ਜਾਂ ਕਿਸ ਤਰ੍ਹਾਂ ਤੁਸੀਂ ਲੈਣੇ ਸਕੂਲ ਦੇਖੋ ਜਿਹੜੀ ਆਨਲਾਈਨ ਗਵਰਨਮੈਂਟ ਦੀਆਂ ਸਾਨੂੰ ਹਦਾਇਤਾਂ ਆ ਅਸੀਂ ਗਵਰਨਮੈਂਟ ਦੀ ਪਾਲਿਸੀਜ਼ ਨੂੰ ਲੈ ਕੇ ਸੀਬੀਐਸਸੀ ਨੂੰ ਗਵਰਨਮੈਂਟ ਨੂੰ ਸੈਂਟਰਲ ਗਵਰਨਮੈਂਟ ਨੂੰ ਪੰਜਾਬ ਗਵਰਨਮੈਂਟ ਨੂੰ ਉਹਨਾਂ ਦੇ ਪਾਲਿਸੀਜ਼ ਲੈ ਕੇ ਉਹਨਾਂ ਦੀਆਂ ਗਾਈਡਲਾਈਨ ਲੈ ਕੇ ਜਾਂ ਕੋਰਟ ਦੀਆਂ ਡਾਇਰੈਕਸ਼ਨ ਜੋ ਸਾਨੂੰ ਮਿਲੀਆਂ ਉਹਦੇ ਸਾਹਮਣੇ ਅਸੀਂ ਚੱਲ ਰਹੇ ਆ অনলাইন সিস্টেম ਜਿਹੜਾ ਮੈਂ ਸਮਝਦਾ ਅਸੀਂ ਦੇਤ ਰਹੇ ਹਾਂ ਸਾਡੇ ਟੀਚਰ ਕੋਸ਼ਿਸ਼ ਕਰ ਰਹੇ ਨੇ ਜਿੰਨੇ ਟੀਚਰ ਨੇ ਸਭ ਕੋਸ਼ਿਸ਼ ਕਰ ਰਹੇ ਨੇ ਕਿ ਮੈਕਸਮ ਜਿਹੜਾ ਬੈਸਟ ਤੋਂ ਬੈਸਟ ਅਸੀਂ ਦੇਈਏ ਲੇਕਿਨ ਫਿਰ ਵੀ ਜੋ ਮੈਂ ਮੈਨੂੰ 46 ਸਾਲ ਹੋ ਗਏ ਇਸ ਲਾਈਨ ਦੇ ਵਿੱਚ ਐਜੂਕੇਸ਼ਨ ਲਾਈਨ ਦੇ ਵਿੱਚ ਮੈਂ ਕੋ ਟੀਚਰ ਹਾਂ ਜੋ ਰਿਸ਼ਤਾ ਬਲੈਕਬੋਰਡ ਔਰ ਚਾਗਦਾ ਔਰ ਬੱਚੇ ਸਾਹਮਣੇ ਬੈਠ ਕੇ ਪੜਨ ਆਈ ਕੰਟੈਕਟ ਹੋਵੇ ਜੋ ਉਹ ਅਸੀਂ ਦੇ ਸਕਦੇ ਹਾਂ ਉਹ ਆਨਲਾਈਨ ਚੀਜ਼ ਨਹੀਂ ਬਣ ਸਕਦੀ ਟੀਚਰ ਦੀ ਜਦ ਤੱਕ ਫੇਸ ਟੂ ਫੇਸ ਆਈ ਕੰਟੈਕਟ ਬੱਚੇ ਨਾਲ ਨਾ ਹੋਵੇ ਉਹ ਕੁਆਲਿਟੀ ਨਹੀਂ ਦਿੱਤੀ ਜਾ ਸਕਦੀ ਫਿਰ ਵੀ ਕਿਉਂਕਿ ਬੱਚੇ ਘਰ ਬੈਠੇ ਨੇ ਅਸੀਂ ਉਹਨੂੰ ਫ੍ਰੀ ਨਹੀਂ ਬੈਠਣਾ ਦੇਣਾ ਚਾਹੁੰਦੇ ਬੱਚਾ ਦੀ ਉਮਰ ਹੁੰਦੀ ਕਿ ਇੱਕ ਫਿਕਸ ਉਮਰ ਹੈ ਕਿ ਇਸ ਉਮਰ ਦੇ ਬੱਚੇ ਨੂੰ ਜੋ ਮਿਲਣਾ ਚਾਹੀਦਾ ਉਹ ਮਿਲਣਾ ਹੀ ਚਾਹੀਦਾ ਅਸੀਂ ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਬੱਚੇ ਦਾ ਰਾਈਟ ਟਾਈਮ ਹੈ এডਿਕੇਸ਼ਨ ਦਾ ਉਹਨੂੰ এডਿਕੇਸ਼ਨ ਮਿਲਣੀ ਚਾਹੀਦੀ ਹੈ ਲੇਕਿਨ ਜਿਵੇਂ ਪ੍ਰੀ ਪ੍ਰਾਇਮਰੀ ਹੈ ਪ੍ਰਾਇਮਰੀ ਹੈ ਕਿੰਡਰਗਾਰਟਨ ਹੈ ਜਿਹੜੇ ਬੱਚੇ ਨੇ ਉਹ ਜੋ ਉਹ ਅਸੀਂ ਵਟਸਐਪ ਤੇ ਦਈਏ ਜਾਂ ਆਨਲਾਈਨ ਦਈਏ ਉਹ ਬੱਚਾ ਨਹੀਂ ਸਮਝ ਸਕਦਾ ਅਸੀਂ ਕੀ ਪੜਾਣਾ ਚਾਹੁੰਦੇ ਆ ਕੀ ਦਿਨਾ ਚਾਹੁੰਦੇ ਆ ਉਹਦੇ ਚ ਮਦਰਸ ਦੀ ਇਨਵੋਲਵਮੈਂਟ ਬਹੁਤ ਜ਼ਰੂਰੀ ਹੈ ਕਿ ਮਦਰ ਨਾਲ ਬੈਠਨ ਉਹ ਸਮਝਨ ਉਹ ਬੱਚੇ ਨੂੰ ਕਾਰ ਬੈਠ ਕੇ ਉਹਦੀ ਹੈਲਪ ਕਰਨ ਹੁਣ ਸਾਰੀ ਮਦਰ ਜੜੀਆਂ ਜਾਂ ਫਾਦਰ ਹੈ ਉਹ ਹੈਲਪ ਨਹੀਂ ਕਰ ਸਕਦੇ ਤੋ ਮੈਂ ਬੀਇੰਗ ਟੀਚਰ ਐਜੂਕੇਸ਼ਨਿਸਟ ਹੋਣ ਦੇ ਨਾਤੇ ਮੈਂ ਸਮਝਦਾ ਜੋ ਕੁਆਲਟੀ ਸਕੂਲ ਚ ਅਸੀਂ ਸਾਹਮਣੇ ਦੇ ਸਕਦੇ ਉਹ ਕਰਾਂ ਚ ਬੈਠ ਕੇ ਨਹੀਂ ਦੇ ਸਕਦੇ ਫੇਰ ਵੀ ਟੀਚਰ ਸਾਡੇ ਦੇ ਆਰ ਡੂਇੰਗ देयर ਬੈਸਟ ਕਿ ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਤੋ ਮੈਂ ਸਮਝਦਾ ਕਿ ਇਹਦੇ ਚ ਪੇਰੈਂਟਸ ਕਈ ਕਪਲ ਜਿਹੜੇ ਨੇ ਉਹ ਸਰਵਿਸ ਕਪਲ ਨਹੀਂ ਘਰ ਬੱਚਾ ਸਾਨੂੰ ਅਟੈਂਡ ਕਰਦਾ ਨਹੀਂ ਕਰਦਾ ਜੋ ਸਾਨੂੰ ਸਾਹਮਣੇ ਸਮਝ ਆ ਰਹੀ ਹੈ ਕਈ ਵਾਰ ਔਨਲਾਈਨ ਪੜਾਈ ਹੋ ਰਹੀ ਹੁੰਦੀ ਹੈ ਬੱਚਾ ਆਪਣਾ ਥੋੜੀ देर ਕੀਤਾ ਅਟੈਂਡ ਕੀਤਾ ਉਸ ਤੋਂ ਬਾਅਦ ਆਪਣਾ ਹੋਰ ਪਾਸੇ ਲੱਗ ਜਾਂਦਾ ਹੈ ਉੱਥੇ ਕਿਉਂਕਿ ਸਾਡਾ ਕੋਈ ਕੰਟਰੋਲ ਨਹੀਂ ਹੈ ਅਸੀਂ ਕੰਟਰੋਲ ਨਹੀਂ ਕਰ ਸਕਦੇ ਕਲਾਸਰੂਮ 'ਚ ਕੰਟਰੋਲ ਹੁੰਦਾ ਹੈ ਉੱਥੇ ਕੰਟਰੋਲ ਨਹੀਂ ਹੈ ਬੱਚਾ ਇਗਜ਼ਾਮ ਕਿਵੇਂ ਦੇ ਰਿਹਾ ਹੈ ਸਾਨੂੰ ਉਹਦਾ ਨਹੀਂ ਪਤਾ ਬੱਚਾ ਘਰ ਬੈਠ ਕੇ ਇਗਜ਼ਾਮ ਦੇ ਰਿਹਾ ਹੈ ਉਹ ਕਿਸ ਤਰ੍ਹਾਂ ਦੇ ਰਿਹਾ ਹੈ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਕ ਅਸੀਂ ਟਾਈਮ ਫਿਕਸ ਕਰ ਦਿੰਨੇ ਆ ਐਨ ਦੇ ਵਿੱਚ ਐਨੇ ਕੁਐਸਚਨ ਦੇ ਆਨਸਰ ਨੂੰ ਦੇਣੇ ਆ ਫਿਰ ਵੀ ਨ ਸਮਝਦਾ ਜਿੰਨੇ ਕਿਸੇ ਹੱਦ ਤੱਕ ਅਸੀਂ ਜੋ ਕਰਵਾ ਰਹੇ ਹਾਂ ਕੱਲੇ ਅਸੀਂ ਨਹੀਂ ਜਿੰਨੇ ਵੀ ਸਕੂਲਾਂ ਵਾਲੇ ਕਰਵਾ ਰਹੇ ਨੇ ਦੇ ਆ ਡੂਇੰਗ ਦੇਅਰ ਬੈਸਟ ਜਿਸ ਤਾ ਤੁਸੀਂ ਸਾਰੇ ਵੀ ਪੈਂਡੈਮਿਕ ਦੇ ਵਿੱਚ ਕਿਉਂਕਿ ਕਰੋਨਾ ਹੈ ਇਹ ਚ ਕਿਸੇ ਦਾ ਵੀ ਕੋਈ ਨਹੀਂ ਆ ਕੋਈ ਬਿਮਾਰੀ ਇਹੋ ਜੀ ਹੈ ਬੱਚੇ ਸਕੂਲ ਆ ਨਹੀਂ ਸਕਦੇ ਤੇ ਟੀਚਰਸ ਨੂੰ ਇੱਕ ਹੀ ਸਾਧਨ ਹੈ ਆਨਲਾਈਨ ਦੇ ਥੂ ਹੀ ਸਮਝਾਇਆ ਜਾ ਸਕਦਾ ਹੈ ਆਪਾਂ ਇਹ ਐਸੋਲੇ ਜਿਹੜਾ এডਿਕੇਸ਼ਨ ਦਾ ਸਿਨੈਰੀਓ ਜਿਹੋ ਜਿਹਾ ਚੱਲਦਾ ਪਿਆ ਉਹਦੇ ਨਾਲ ਕੀ ਕੋਈ ਸਿਲੇਬਸ ਵਗੈਰਾ ਵੀ ਥੋੜੇ ਘੱਟ ਹੋ ਰਹੇ ਆ ਜਿਹੜਾ ਕੋਈ ਜਿਹਾ ਪੈਲੋ ਸੀਗਾ ਕਿਉਂਕਿ ਉਸ ਤਰ੍ਹਾਂ ਦੀ এডਿਕੇਸ਼ਨ ਆਪਾਂ ਨਾ ਬੱਚੇ ਕਰ ਪਾ ਰਹੇ ਆ ਔਨਲਾਈਨ ਕਈ ਨੈਟਵਰਕ ਆ ਜਾਂਦਾ ਕਿ ਥੋੜੇ ਬਹੁਤ ਸਿਲੇਬਸ ਚ ਕੁਝ ਹੈ ਸੀਬੀਐਸ ਨੂੰ ਸਿਲੇਬਸ ਅਸੀਂ ਕਾਫੀ ਕੱਟ ਕੀਤਾ ਜੀ ਉਹਦੇ ਵਿੱਚ ਕਿਉਂਕਿ ਔਨਲਾਈਨ ਨਾ ਨਾ ਬੱਚਾ ਸਮਝਦਾ ਨਾ ਸੀ ਕਰਵਾ ਸਕਦੇ ਉਹ ਜੀ ਕਾਫੀ ਪ੍ਰੋਬਲਮ ਆਂਦੀ ਹੈ CBSE ਦੀ ਗਾਈਡਲਾਈਨ ਹੈ ਕਿ 30% ਸਿਲੇਬਸ ਤੁਸੀਂ ਘਟਾ ਸਕਦੇ ਹੋ ਅਸੀਂ ਸਿਲੈਕਟਡ ਪੋਰਸ਼ਨ ਵਿੱਚ ਲੈਏ ਨੇ ਉਹਦੇ ਅਕੋਰਡਿੰਗਲੀ ਅਸੀਂ ਇਗਜ਼ਾਮ ਲੈ ਰਹੇ ਹਾਂ ਤੋਂ ਜਿਵੇਂ ਜੋ ਮੈਂ ਸਮਝਦਾ ਕਿ ਅਨਰ ਟਾਈਮ ਦੇ ਵਿੱਚ ਜੋ ਗਾਈਡਲਾਈਨ ਆਣ ਗਈਆਂ CBSE ਦੀਆਂ CBSE ਵਿੱਚ ਕਾਫੀ ਲੀਨੀਐਂਟ ਹੋ ਕੇ ਚੱਲ ਰਹੇ ਹੈ ਤੋਂ ਬੱਚੇ ਦਾ ਸਾਲ ਖਰਾਬ ਨਾ ਹੋਵੇ ਅਸੀਂ ਉਹਦੇ ਵਾਸਤੇ ਜ਼ਿਆਦਾ ਅਸੀਂ ਸੋਚਦੇ ਹਾਂ ਕਿਉਂਕਿ ਜੋ ਵਕਤ ਇੱਕ ਵਾਰੀ ਨਿਕਲ ਗਿਆ ਦੁਬਾਰਾ ਆਥਾਣਾ ਨਹੀਂ ਬੱਚੇ ਦਾ ਸਮੇਂ ਖਰਾਬ ਨਾ ਹੋਵੇ ਉਹਦਾ ਸਾਲ ਖਰਾਬ ਨਾ ਹੋਵੇ ਅ ਸਾਡਾ ਜਿਆਦਾ ਜਿਆਦਾ ਸੋਚ ਹੈ ਇਸ ਚੀਜ਼ ਉੱਤੇ ਹੁੰਦੀ ਹੈ ਉਹਦੇ ਅਕੋਰਡਿੰਗਲੀ ਅਸੀਂ ਸਿਲੇਬਸ ਸੈੱਟ ਕਰਦੇ ਹਾਂ ਉਹਦੇ ਅਕੋਰਡਿੰਗਲੀ ਅਸੀਂ ਟੀਚਰ ਨੂੰ ਗਾਈਡਲਾਈਨ ਦਿੰਨੇ ਆ ਕਿ ਇਹਦੇ ਵਿੱਚ ਵਿੱਚ ਤੁਸੀਂ ਜਿੰਨਾ ਈਜ਼ੀ ਹੋ ਸਕੇ ਉਹਨੂੰ ਬਣਾ ਕੇ ਪੇਪਰ ਵੀ ਸੈੱਟ ਕਰੋ ਮਾਰਕਿੰਗ ਵੀ ਉਸ ਹਿਸਾਬ ਨਾਲ ਕਰੋ ਔਰ ਟੀਚਿੰਗ ਵੀ ਉਸ ਹਿਸਾਬ ਨਾਲ ਕਰੋ ਇਸ ਤਰ੍ਹਾਂ ਐਸuele ਜਿਸ ਤਰ੍ਹਾਂ ਤੁਸੀਂ ਵੀ ਲੱਗੇ ਹੋਈਆਂ ਤਾਂ ਆਪਾਂ ਪੇਰੈਂਟਸ ਤੋਂ ਕੀ ਐਕਸਪੈਕਟੇਸ਼ਨ ਕਰਦੇ ਆਂ ਵੀ ਐਸ ਟਾਈਮ ਦੇ ਵਿੱਚ ਕਿਸ ਤਰ੍ਹਾਂ ਦਾ ਸਹਿਯੋਗ ਤੁਸੀਂ ਆਪਾਂ ਪੇਰੈਂਟਸ ਤੋਂ ਚਾਹੁੰਦੇ ਆਂ ਬੱਚੇ ਦੀ ਸਟੱਡੀ ਵੀ ਹੁੰਦੀ ਰਵੇ ਤੇ ਜਿਹੜੀ ਔਨਲਾਈਨ ਦੇ ਵਿੱਚ ਜਿਹੜੀ ਆਪਾਂ ਸਟੱਡੀ ਕਰਾ ਰਹੇ ਆਂ ਬੱਚੇ ਨੂੰ ਸਮਝ ਵੀ ਆ ਜਾਵੇ ਕਿਸ ਤਰ੍ਹਾਂ ਦਾ ਆਪਾਂ ਸਹਿਯੋਗ ਉਹਨਾਂ ਵੱਲ ਚਾਹੁੰਦੇ ਆਂ ਸਾਰੀ ਐਕਸਪੈਕਟੇਸ਼ਨ ਸਾਡੀ ਪੇਰੈਂਟਸ ਤੋਂ ਹੈ ਜਿਨ੍ਹਾਂ ਦੇ ਬੱਚਿਆਂ ਨੂੰ ਅਸੀਂ ਪੜਾ ਰਹੇ ਹਾਂ ਔਰ ਟੀਚਰ ਜੜੇ ਨੇ ਟੀਚਰ ਜਿਆਦਾ ਅਮੀਰ ਨਹੀਂ ਹੁੰਦੇ ਟੀਚਰਾਂ ਦੇ ਘਰ ਵੀ ਉਹਨੇ ਆਪਣੇ ਬਾਲ ਬੱਚੇ ਨੇ ਉਹਨਾਂ ਨੇ ਘਰ ਚਲਾਣਾ ਹੈ ਉਹ ਸਭ ਤੋਂ ਯਾਦਾ ਇਹ ਲੈ ਕਰਾਈਸ ਜਿਹੜੀ ਹੈ ਟੀਚਰਾਂ ਦੇ ਉੱਤੇ ਹੈ ਟੀਚਰਾਂ ਨੂੰ ਸੈਲਰੀ ਚਾਹੀਦੀ ਹੈ ਵਿਦਆਉਟ ਸੈਲਰੀ ਉਹ ਟੀਚ ਨਹੀਂ ਕਰ ਸਕਦੇ ਸਕੂਲਾਂ ਕੋ ਫੰਡਸ ਨਹੀਂ ਹੈ ਜਿਹੜਾ ਫੰਡਸ ਹੀ ਸਾਡੇ ਕੋਲ 2 3 4 ਮਹੀਨਿਆਂ ਦਾ ਸੀ 6 ਮਹੀਨੇ ਤੱਕ ਵੀ ਲਗਾ ਲਓ ਅਸੀਂ ਔਖੇ ਸੋਖੇ ਅਸੀਂ ਗੁਜ਼ਾਰਾ ਕਰਦੇ ਰਹੇ ਲੇਕਿਨ ਅਸੀਂ ਸਮਝੀਏ ਕਿ ਸਕੂਲ ਦੇ ਕੋਲ ਇੰਨਾ ਪੈਸਾ ਹੈ ਕੋਈ ਵੀ ਸਕੂਲ ਦੇ ਕੋਲ ਇੰਨਾ ਇੰਨਾ ਫੰਡ ਨਹੀਂ ਹੁੰਦਾ ਕਸ ਉਹ ਤੀਸਰਾ ਨੂੰ ਸੈਲਰੀ ਦੇ ਸਕੇ ਜਿਹੜਾ ਮੇਨ ਪ੍ਰੋਬਲਮ ਇਸ ਲਈ ਆ ਰਹੀ ਹੈ ਉਹ ਆ ਰਹੀ ਸੈਲਰੀ ਦੀ ਔਰ ਸਕੂਲ ਦੇ ਜਿਹੜੇ ਅਦਰ ਐਕਸਪੈਂਸਸ ਨੇ ਉਹ ਦੀ ਅਗਰ ਪੇਰੈਂਟਸ ਫੀਸ ਨਹੀਂ ਦੇਣਗੇ ਤੇ ਸੈਲਰੀ ਕਿੱਥੋਂ ਆਏਗੀ ਅਸੀਂ ਦੇਖਦੇ ਪਏ ਹਾਂ ਕਈ ਟੀਚਰ ਜਿਹੜੇ ਨੇ ਉਹ ਹੋਰ ਫੀਲਡ ਦੇ ਇਧਰੋਂ ਛੱਡ ਕੇ ਐਜੂਕੇਸ਼ਨ ਨੂੰ ਜਿਹੜੇ ਅੱਛੇ ਟੀਚਰ ਵੀ ਨੇ ਉਹ ਛੱਡ ਛੱਡ ਕੇ ਦੂਸਰੇ ਫੀਲਡ ਦੇ ਚ ਜਾ ਰਹੇ ਨੇ ਕਿਉਂਕਿ ਟੀਚਰ ਦੇ ਘਰ ਉਹਦਾ ਇੱਕ ਆਪਣਾ ਇੱਕ ਫਿਕਸ ਗੁਜ਼ਾਰੇ ਵਾਸਤੇ ਉਹਨੂੰ ਪੈਸਾ ਚਾਹੀਦਾ ਉਹਦਾ ਉਹਨੇ ਘਰ ਵੀ ਚਲਾਣਾ ਹੈ ਬੱਚਿਆਂ ਦੀ ਐਜੂਕੇਸ਼ਨ ਵੀ ਹੈ ਉਹਦੇ ਹੋਰ ਵੀ ਕਈ ਕੰਮ ਨੇ ਕਈ ਟੀਚਰਾਂ ਨੇ ਲੋਨ ਲੈ ਰੱਖੇ ਨੇ ਉਹਦੇ ਕਿਸ਼ਤਾਂ ਵਾਸਤੇ ਵੀ ਪੈਸਾ ਨੂੰ ਕੋ ਨਹੀਂ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਟੀਚਰ ਨੂੰ ਅਸੀਂ ਸੈਲੀ ਦੇਈਏ ਲੇਕਿਨ ਅੱਗੋਂ ਸਾਨੂੰ ਸਪੋਰਟ ਪੇਰੈਂਟਸ ਦੀ ਨਹੀਂ ਮਿਲ ਰਹੀ ਹੁਣ ਇਹਦੇ ਵਿੱਚ ਦੇਖਾ ਦਿਖਾਈ ਕੀ ਕੀ ਹੋ ਰਿਹਾ ਕਈ ਵਿੱਚੋਂ ਪੇਰੈਂਟਸ ਨੇ ਜਿਨ੍ਹਾਂ ਨੇ ਹਲੇ ਤੱਕ 1 ਮਹੀਨੇ ਦੀ ਫੀਸ ਵੀ ਨਹੀਂ ਦਿੱਤੀ ਔਰ ਐਜੂਕੇਸ਼ਨ ਉਹਨਾਂ ਦੇ ਬੱਚੇ ਲੈ ਰਹੇ ਨੇ ਇਗਜ਼ਾਮ ਵੀ ਦੇ ਰਹੇ ਨੇ ਰਿਜ਼ਲਟ ਵੀ ਉਹਨਾਂ ਦਾ ਅਸੀਂ ਦਿਖਲਿਆ ਕਰਦੇ ਇਹ ਤੇ ਸੰਸੀਹ ਵਾਲੀ ਪੇਰੈਂਟਸ ਨੂੰ ਆਪਣਾ ਚਾਹੀਦਾ ਸਾਡੇ ਗ੍ਰੰਥਾਂ 'ਚ ਲਿਖਿਆ ਗਿਆ ਹੈ ਕਿ ਟੀਚਰ ਦਾ ਤੇ ਬਹਾਮਨ ਦਾ ਬ੍ਰਾਹਮਣ ਦਾ ਪੈਸਾ ਨਹੀਂ ਰੱਖਣਾ ਚਾਹੀਦਾ ਉਹਨਾਂ ਦੀ ਮਿਹਨਤਾਂ ਨਾਲ ਜਿਹੜਾ ਉਹਨੂੰ ਸਮੇਂ ਸਿਰ ਦੇਣਾ ਚਾਹੀਦਾ ਚਲੋ ਇਹ ਮੰਨ ਲੈਂਦੇ ਆ ਕਰੋਨਾ ਕਰਕੇ ਕਈ ਕਈਆਂ ਦੇ ਵਪਾਰ ਸਫਰ ਹੋਏ ਉਹਨਾਂ ਨੂੰ ਨੁਕਸਾਨ ਹੋਇਆ ਜਾਂ ਉਹਨਾਂ ਕੋਲ ਇਨਕਮ ਨਹੀਂ ਹੈ ਲੇਕਿਨ ਸਾਰੇ ਪੇਰੈਂਟਸ ਨਹੀਂ ਹੋ ਸਕਦੇ ਜਿਹੜੇ ਥੋੜੇ ਬੋਤੇ ਨੇ ਅਸੀਂ ਉਹਨਾਂ ਨੂੰ ਕੰਸੀਡਰ ਕਰਨ ਨੂੰ ਤਿਆਰ ਅਸੀਂ ਆਪ ਖੁਦ ਸਮਝਦੇ ਹਾਂ ਅਸੀਂ ਕਈਆਂ ਦੇ ਕੀਤਾ ਵੀ ਨਹੀਂ ਕੰਸੀਡਰ ਵੀ ਕੀਤੇ ਉਹਨਾਂ ਦੀ ਫੀਸ ਵੀ ਅਸੀਂ ਕੰਸੀਡਰ ਕੀਤੀ ਲੇਕਿਨ ਮжоਰਿਟੀ ਆ ਦੇ ਪੇਰੈਂਟਸ ਐਸੋਲੇ ਨੇ ਦੇ ਆਰ ਨੋਟ ਪੇਇੰਗ ਫੀ ਜਿਹੜੇ ਇੰਡੀਪੈਂਡੈਂਟ ਸਕੂਲ ਫੈਡਰੇਸ਼ਨ ਆਫ ਇੰਡੀਆ ਹੈ ਇਸ ਮੁੱਦੇ ਤੇ ਜਦੋਂ ਤੁਹਾਡੀ ਆਪੱਚ ਕੋਈ ਮੀਟਿੰਗ ਹੋਈ ਹੈ ਤਾਂ ਕੁਦਾ ਆਪਾਂ ਪੇਰੈਂਟਸ ਨੂੰ ਕੁਝ ਜੇ ਜਿਦਾ ਤੁਸੀਂ ਕਿਹਾ ਵੀ ਅਸੀਂ ਉਹਨਾਂ ਸਹਿਯੋਗ ਕਰਦੇ ਹਾਂ ਟੀਚਰਜ਼ ਦੀ ਵੀ ਸੈਲਰੀ ਦੇਣੀ ਹੈ ਕਿਸ ਤਰ੍ਹਾਂ ਆਪਾਂ ਪਾਲਿਸੀ ਬਣਾਈਏ ਵੀ ਟੀਚਰ ਦੀ ਸੈਲਰੀ ਵੀ ਹੋਵੇ ਜਬ ਪੇਰੈਂਟਸ ਨੂੰ ਕੋਈ ਇਦਾਂ ਦੀ ਪਾਲਿਸੀ ਬਾਰੇ ਦੱਸੋ ਜਿਹੜੇ ਕਿ ਪੇਰੈਂਟਸ ਨੂੰ ਇਹ ਗੱਲ ਸਮਝ ਆਵੇ ਵੀ ਟੀਚਰ ਨੂੰ ਸੈਲਰੀ ਦੇਣੀ ਹੈ ਤਾਂ ਤੁਹਾਨੂੰ ਵੀ ਥੋੜਾ ਸਹਿਯੋਗ ਹੈ ਅਸੀਂ ਰਿਕੁਐਸਟ ਹੀ ਕਰ ਸਕਦੇ ਹਾਂ ਜੀ ਜਿਹੜੇ ਪੇਰੈਂਟਸ ਜਿਹੜੇ ਬੱਚੇ ਪੜ੍ਹਦੇ ਬੇ ਨੇ ਉਹ ਸਕੂਲ ਦੇ ਇੱਕ ਸਾਡੇ ਪਾਰਟਨਰ ਹੁੰਦੇ ਨੇ ਅਸੀਂ ਰਲ ਕੇ ਸਕੂਲ ਇਕੱਲੇ ਅਸੀਂ ਨਹੀਂ ਚਲਾਣਾ ਮੈਂ ਸਕੂਲ ਚਲਾ ਰਿਹਾ ਕਹਿੰਦਾ ਮੈਂ ਨਹੀਂ ਚਲਾ ਸਕਦਾ ਇਹ ਇੱਕ ਟੀਮ ਵਰਕ ਹੁੰਦਾ ਹੈ ਪੇਰੈਂਟ ਸਾਡਾ ਸਹਿਯੋਗ ਕਰਨ ਅਸੀਂ ਉਹਨਾਂ ਦੇ ਬੱਚਾ ਵਾਸਤੇ ਸਕੂਲ ਬਣਾਇਆ ਜੋ ਪਾਲਿਸੀ ਬਣਾਉਣੇ ਆ ਜੋ ਸੀ ਸੋਚਦੇ ਆ ਜੋ ਵੀ ਕਰਦੇ ਆ ਉਹ ਸਾਰਾ ਬੱਚਿਆਂ ਦੀ ਖਾਤਰ ਹੈ ਸਕੂਲ ਦੇ ਵਿੱਚ ਸਵਾਭ ਬੱਚਿਆਂ ਦੀ ਐਜੂਕੇਸ਼ਨ ਤੋਂ ਹੋਰ ਕੋਈ ਐਕਟੀਵਿਟੀ ਸਾਡੀ ਨਹੀਂ ਹੁੰਦੀ ਸਾਡਾ ਕੋਈ ਇਨਕਮ ਸੋਰਸ ਹੋਰ ਹੈ ਹੀ ਨਹੀਂ ਕਿਸੇ ਪਾਸੋਂ ਵੀ ਇੱਕ ਪੈਸਾ ਸਾਨੂੰ ਨਹੀਂ ਆਉਂਦਾ ਨਾ ਹੁਣ ਗਵਰਨਮੈਂਟ ਦਿੰਦੀ ਉਲਟਾ ਗਵਰਨਮੈਂਟ ਸਾਡੇ ਕੋਲ ਲੈਂਦੀ ਹੈ ਪ੍ਰੋਪਰਟੇਕਸ ਰੋਜ਼ ਨੋਟਿਸ ਆ ਰਹੇ ਨੇ ਸਾਨੂੰ ਦਿਓ ਜੀ ਇਲੈਕਟ੍ਰਿਸਿਟੀ ਬਿੱਲ ਰੋਜ਼ ਨੋਟਿਸ ਆ ਰਹੇ ਬਿੱਲ ਦਿਓ ਜੀ ਹਰ ਪਾਸੇ ਕੋਈ ਵੀ ਲੈ ਲਓ ਅਗਰ ਅਸੀਂ ਇੱਕ ਦਿਨ ਵੀ ਲੇਟ ਕਰਦੇ ਆਂ ਤੇ ਇਲੈਕਟ੍ਰਿਸਿਟੀ ਦਾ ਕਨੈਕਸ਼ਨ ਕੱਟਿਆ ਜਾਂਦਾ ਹੈ ਆਫਟਰ ਉਹ ਖਰਚੇ ਸਾਰੇ ਨੇ ਸਕੂਲ ਦਾ ਬਿੱਲ 90 9000 ਰੁਪਏ ਕਿ 1 ਲੱਖ ਰੁਪਏ ਸਵਾ ਸਵਾ ਲੱਖ ਰੁਪਏ ਬਿੱਲ ਆਉਂਦਾ ਹੈ ਇਹ ਆਣੇ ਕਿੱਥੋਂ ਨੇ ਗਵਰਨਮੈਂਟ ਦੇ ਸਾਨੂੰ ਅਸੀਂ ਗਵਰਨਮੈਂਟ ਨੂੰ ਹੋਣ ਮੈਂ ਇੱਕ ਲੈਟਰ ਲਿਖੀ ਹੈ ਪ੍ਰੋਪਰਟੇਕਸ ਵਾਸਤੇ ਸੈਕਟਰੀ ਲੋਕਲ ਬਾਡੀ ਨੂੰ ਲਿਖੀ ਹੈ ਕਿਸ ਸਕੂਲ ਬੰਦ ਪਏ ਨੇ ਹੁਣ ਪਿੱਛੇ ਗਵਰਨਮੈਂਟ ਦਾ ਹੀ ਥੈਂਕਸ ਕਰਦਿਆਂ ਕਿ ਉਹਨਾਂ ਨੇ ਜਿਹੜਾ ਸਾਡਾ ਟੈਕਸ ਹੈ ਬਸਾਂ ਟੈਕਸ ਹੈ ਉਹਨਾਂ ਨੇ ਇੱਕ ਸਟੈਪ ਚੱਕਿਆ ਗਿਆ ਉਹ ਮਾਫ ਕੀਤਾ ਹੈ ਉਹ ਵੀ ਦਸੰਬਰ ਤੱਕ ਜੱਗ ਸਕੂਲ ਹਲੇ ਜੋ ਨਜ਼ਰ ਆ ਰਿਹਾ ਵੈਕਸੀਨ ਨਹੀਂ ਆ ਰਹੀ ਕਰੋਨਾ ਖਤਮ ਨਹੀਂ ਹੋ ਰਿਹਾ ਕਿਉਂਕਿ ਸਭ ਤੋਂ ਰਿਸਕ ਹੈ ਸਕੂਲ ਦੇ ਵਿੱਚ ਸਕੂਲ ਦੇ ਬੱਚੇ ਜੋ ਮੈਨੂੰ ਨਜ਼ਰ ਆ ਰਿਹਾ ਉਹ ਜੂਨ ਜੁਲਾਈ ਤੋਂ ਪਹਿਲਾਂ ਸਕੂਲ ਨਹੀਂ ਖੁੱਲਦੇ ਜਦ ਤੱਕ ਪ੍ਰੋਪਰ ਸਿਸਟਮ ਇੱਕ ਵੈਕਸੀਨ ਦਾ ਬਣ ਨਹੀਂ ਜਾਂਦਾ ਹੁਣ ਪ੍ਰੋਬਲਮ ਆ ਰਹੀ ਜੀ ਕਿ ਪੇਰੈਂਟ ਜ ਮжоਰਿਟੀ ਪੇਰੈਂਟ ਜਿਹੜੇ ਨੇ ਦੇ ਆਰ ਨੋਟ ਪੇਇੰਗ ਫੀ ਜਦੋਂ ਫੀਸ ਨਹੀਂ ਆਏਗੀ ਫਿਰ ਉਹ ਐਸਪੈਕਟੇਸ਼ਨ ਵੀ ਉਹਨਾਂ ਦੀ ਸਾਡੇ ਬੱਚੇ ਨੂੰ ਐਜੂਕੇਸ਼ਨ ਪੂਰੀ ਦਿਓ ਇਹ ਦੇ ਉਹਨੂੰ ਖੁਦ ਸਮਝਣਾ ਚਾਹੀਦਾ ਹੈ ਕਿ ਉਹ ਸਾਨੂੰ ਨਹੀਂ ਦੇ ਰਹੇ ਫੀਸ ਆਪਣੇ ਬੱਚਿਆਂ ਦੀ ਖਾਤਰ ਦੇ ਰਹੇ ਨੇ ਬੱਚਿਆਂ ਦੀ ਐਜੂਕੇਸ਼ਨ ਉਹਨਾਂ ਦੀ ਅਗਰ ਉੱਥੇ ਜਰਾ ਵੀ ਅਸੀਂ ਵੀਕ ਰਹਿ ਜੰਨੇ ਆਂ ਤੇ ਸਫਰ ਤੇ ਅਲਟੀਮੇਟਲੀ ਬੱਚਾ ਕਰੇਗਾ ਉਹਦੇ ਪੈਸਾ ਅੱਜ ਚਲੋ ਰੋਕ ਲੈਾਂਗੇ ਲੇਕਿਨ ਉਹ ਇਹ ਸੋਚਨ ਕੇ ਬੱਚਿਆਂ ਦਾ 1 ਸਾਲ ਗਿਆ ਜਾਂ ਇੱਕ 2-4 ਮਹੀਨੇ ਵੀ ਪੜਾਈ ਲੇਟ ਹੁੰਦੀ ਹੈ ਨਹੀਂ ਹੁੰਦੀ ਇਹ ਵਕਤ ਦੁਆਰਾ ਹੱਥ ਨਹੀਂ ਆਣਾ ਔਰ ਬੱਚਾ ਜਿੱਥੇ ਪਹੁੰਚ ਜਾਏਗਾ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਇਸ ਚੀਜ਼ ਦਾ ਹੋਇਆ ਹੈ ਜਿਹਦੇ ਗੁਰੂਆਂ ਨੇ ਅਸੀਂ ਇੱਕ ਪਾਸੇ ਕਹਿੰਦੇ ਹਾਂ ਗੁਰੂ ਰੇ ਬ੍ਰਹਮਾ ਗੁਰੂ ਰੇ ਵਿਸ਼ਨੂੰ ਮੈਂ ਹੈਰਾਨ ਹਉਦੋਂ ਹੁਣ ਸੰਸਕਾਰ ਘਰ ਤੋਂ ਸਟਾਰਟ ਹੁੰਦੇ ਨੇ ਸੰਸਕਾਰ ਦੇਣਾ ਦੋ ਬੰਦਿਆਂ ਦਾ ਕੰਮ ਹੁੰਦਾ ਹੈ ਇੱਕ ਪੇਰੈਂਟਸ ਦਾ ਘਰ ਤੋਂ ਦੂਜਾ ਸਕੂਲ ਤੋਂ ਕਈ ਪੇਰੈਂਟਸ ਨੇ ਬੱਚਿਆਂ ਨੂੰ ਤਖਤੀਆਂ ਲੈ ਕੇ ਜਾਂ ਇਹੋ ਜਿਹਿਆਂ ਕਈ ਐਕਟੀਵਿਟੀ ਕਰਾਈਆਂ ਟੀਚਰਾਂ ਦੇ ਖਿਲਾਫ ਉਹਨਾਂ ਨੇ ਬੱਚੇ ਖੜੇ ਕਰਤੇ ਐਜੀਟੇਸ਼ਨ ਦੇ ਵਿੱਚ ਜਾਂ ਨਾਰੇ ਲਗਵਾਏ ਉਹ ਸਭ ਤੋਂ ਦੁੱਖ ਦੀ ਗੱਲ ਔਰ ਐਜੂਕੇਸ਼ਨ ਦੇ ਵਿੱਚ ਮੈਂ ਸਮਝਦਾ ਸਭ ਤੋਂ ਅਗਰ ਵੱਡੀ ਗਰਾਵਟ ਹੈ ਤੇ ਉਸ ਪੁਆਇੰਟ ਤੇ ਆਈਏ ਚਲੋ ਪੈਸਾ ਵੀ ਬਾਅਦ ਦੀ ਗੱਲ ਹੈ ਲੇਕਿਨ ਬੱਚਿਆਂ ਨੂੰ ਤੁਸੀਂ ਗੁਰੂ ਦੇ ਖਿਲਾਫ ਖੜੇ ਕਰਦੇ ਪਏ ਹੋ ਆਪਹਿਨਾਂ ਤਾਂ ਸੋਚ ਲਈਏ ਮੈਂ ਸਾਰੇ ਬੇਨਾਂ ਦੀ ਗੱਲ ਨਹੀਂ ਕਰਦਾ ਕੁਝ ਪੇਰੈਂਟਸ ਐਸੇ ਜਿਨ੍ਹਾਂ ਨੇ ਇਹੋ ਜਿਹੀ ਐਕਟੀਵਿਟੀ ਕੀਤੀਆਂ ਜਿਹੜੀ ਸਮਾਜ ਵਾਸਤੇ ਬਹੁਤ ਵੱਡੇ ਦੁੱਖ ਦੀ ਗੱਲ ਹੈ ਖਾਸ ਤੌਰ ਤੇ ਐਜੂਕੇਸ਼ਨ ਲਾਈਨ ਦੇ ਵਿੱਚ ਮੈਨੂੰ ਨਹੀਂ ਸਮਝਦਾ ਕੋਈ ਚੰਗੀ ਗੱਲ ਹੈ ਅਸੀਂ ਅੱਛੀ ਚੀਜ਼ ਅੱਛੇ ਬਾਸੇ ਬੱਚੇ ਨੂੰ ਲੈ ਕੇ ਜਾਈਏ ਉਹੀ ਬੱਚੇ ਨੇ ਕੱਲ ਫਿਰ ਆ ਕੇ ਟੀਚਰ ਦੇ ਸੌਣੇ ਬੈਨੇ ਉਹ ਬੱਚਾ ਕੀ ਸਿੱਖੇਗਾ ਜੋ ਬੱਚੇ ਨੇ ਐਸੂਬਰ ਜਸ ਸਿੱਖ ਲਿਆ ਅੱਗੇ ਜਾ ਕੇ ਅਲਟੀਮੇਟਲੀ ਨੁਕਸਾਨ ਜਿਹੜਾ ਹੋਏਗਾ ਸਾਡੇ ਕੋਲ ਤੇ ਚਲੋ 12 ਸਾਲ ਦਾ 15 ਸਾਲ ਬੱਚਾ ਹੈ ਸਾਰੀ ਉਮਰ ਤੇ ਬੱਚਾ ਪੇਰੈਂਟਸ ਕੋ ਰਹਿਣਾ ਨਾ ਜੀ ਜੋ ਸਿੱਖੇਗਾ ਜੋ ਜੋਸ ਕਾਵਾਂਗੇ ਕੱਲ ਬਚਾਉ ਹੀ ਕੁਝ ਕਰੇਗਾ ਬਿਲਕੁਲ ਤੁਸੀਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ ਜਿਹੜਾ ਇਸ ਤਰ੍ਹਾਂ ਤੁਸੀਂ ਦੱਸਿਆ ਜੁਲਾਈ ਅਗਸਤ ਤੱਕ ਵੀ ਤੁਹਾਨੂੰ ਸ਼ੰਕਾ ਹੈ ਨੈਕਸਟ ਸੈਸ਼ਨ ਵੀ ਮਤਲਬ ਕਿ ਜਿਹੜਾ ਕੋਈ ਦਿੱਕਤਾਂ ਵਾਲਾ ਆ ਸਕਦਾ ਹੈ এডੂਕੇਸ਼ਨ ਦੇ ਵਿੱਚ ਜੇ ਵੈਕਸੀਨ ਸਹੀ ਤਰ੍ਹਾਂ ਜੇ ਕੰਮ ਕਰ ਜਾਂਦੀ ਹੈ ਜਿਹੜੀ ਵੀ ਆ ਰਹੀਆਂ ਤੇ ਫਿਰ ਤਾਂ ਠੀਕ ਹੈ ਇਹਦਾ ਮਤਲਬ ਵੀ ਨੈਕਸਟ ਸੈਸ਼ਨ ਵੀ ਹੈ ਤੇ ਆਪਾਂ ਕੋਈ ਇਸ ਤਰ੍ਹਾਂ ਦੀ ਅਵੇਅਰਨੈਸ ਸਕੂਲ ਐਸੋਸੀਏਸ਼ਨ ਲੈਵਲ ਤੇ ਕੋਈ ਹੈ ਅੱਗੇ ਜਾ ਕੇ ਵੀ ਆਪਾਂ ਪੇਰੈਂਟਸ ਨੂੰ ਇਸ ਨੂੰ ਲੈ ਕੇ ਜਾਗਰੂਕ ਕਰੀਏ ਅਵੇਅਰਨੈਸ ਕਰੀਏ ਜਿਹੜੀਆਂ ਤੁਸੀਂ ਸਮਾਜਿਕ ਜਿਹੜੀਆਂ ਗਰਾਵਟ ਦੀ ਗੱਲਾਂ ਕਰਦੇ ਪਏ ਹੋ ਅਵੇਅਰਨੈਸ ਪੇਰੈਂਟਸ ਹੁਣ ਤੇ ਬੱਚੇ ਵੀ ਕਾਫੀ ਅਵੇਅਰ ਹੋ ਚੁੱਕੇ ਨੇ ਪੇਰੈਂਟਸ ਵੀ ਕਾਫੀ ਅਵੇਅਰ ਨੇ ਲੇਕਿਨ ਸਵਾਲ ਇਹ ਹੈ ਜੀ ਅਵੇਅਰਨੈਸ ਦਾ ਗਵਰਨਮੈਂਟ ਵੀ ਆਪਣੇ ਲੈਵਲ ਤੇ ਬੜੇ ਅੱਛੇ ਤਰੀਕੇ ਨਾਲ ਲੱਗੀ ਹੈ ਅਵੇਅਰਨੈਸ ਦੇ ਵਿੱਚ ਕਿ ਡਿਸਟੈਂਸ ਰੱਖੋ ਮਾਸਕ ਪਾਓ ਇਹ ਕਰੋ ਉਹ ਕਰੋ ਸਾਰੇ ਗੱਲਾਂ ਠੀਕ ਨੇ ਇਹ ਹੋਣ ਥੋੜੇ ਦਿਨ ਦੀ ਗੱਲ ਹੈ 3-4 ਦਿਨ ਪਹਿਲੇ ਦੀ ਗੱਲ ਇੱਕ ਸਕੂਲ ਨੇ ਥੋੜੇ ਬੱਚੇ ਬੁਲਾਏ ਉਥੇ 21-22 ਦੇ ਕਰੀਬ ਬੱਚੇ ਜਿਹੜੇ ਨੇ ਜਾਂ ਸਟਾਫ ਜਿਹੜਾ ਉਹ ਕਰੋਨਾ ਪੋਜ਼ਿਟਿਵ ਆ ਗਿਆ ਸਕੂਲ ਮੈਂ ਅੱਗੇ ਤੁਹਾਨੂੰ ਦੱਸਿਆ ਸਭ ਤੋਂ ਜ਼ਿਆਦਾ ਸੈਂਸਿਟਿਵ ਜਿਹੜਾ ਪੁਆਇੰਟ ਹੈ ਉਹ ਹੈ ਸਕੂਲ ਸਕੂਲ ਨੂੰ ਐਨੀ ਜਲਦੀ ਨਹੀਂ ਮੈਂ ਗਵਰਨਮੈਂਟ ਸਹੀ ਸਟੈਪ ਲੈ ਰਹੀ ਕਿ ਸਕੂਲ ਜਿਵੇਂ ਸਾਡੇ ਸੀਨੀਅਰ ਮਿਨਿਸਟਰ ਸਾਹਿਬ ਨੇ ਕਿਹਾ ਕਿ ਅਸੀਂ ਸਕੂਲ ਐਨੀ ਜਲਦੀ ਨਹੀਂ ਖੋਲ ਸਕਦੇ ਜਦ ਤੱਕ 100% ਸੇਫਟੀ ਮਈਰ ਸਾਹਮਣੇ ਨਹੀਂ ਆਂਦੇ ਜਾਂ ਸੇਫਟੀ ਉਹਨਾਂ ਨੂੰ ਨਜ਼ਰ ਨਹੀਂ ਆਂਦੀ ਬਹੁਤ ਅੱਛਾ ਪੁਆਇੰਟ ਹੈ ਇਹ ਮੈਂ ਵੀ ਸਮਝਦਾ ਕਿ ਓਨੀ ਦਿਨ ਸਕੂਲ ਨਹੀਂ ਖੁੱਲਣਗੇ ਜਦ ਤੱਕ 100% ਸਾਨੂੰ ਸ਼ਿਓਰਟੀ ਨਹੀਂ ਹੋ ਜਾਂਦੀ ਕਿ ਬੱਚਾ ਸੇਫ ਹੈ ਰੀਜ਼ਨ ਹੈ ਬੱਚਾ ਇਨੋਸੈਂਟ ਹੈ ਬੱਚਿਆਂ ਨੂੰ ਕਾਬੂ ਕਰਨਾ ਬੜਾ ਮੁਸ਼ਕਲ ਹੈ ਬੱਚੇ ਨੇ ਦਰਦਰ ਮੂਵਮੈਂਟ ਕਰਨੀ ਹੈ ਬੱਚੇ ਇਕੱਠੇ ਖੜੇ ਹੋਣਗੇ ਜਿੰਨਾ ਮਰਜ਼ੀ ਸੇ ਰੋਕ ਲਈਏ ਉਸ ਇੱਕ ਦੇ ਬੱਚੇ ਨੂੰ ਵੀ ਜਾਂ ਟੀਚਰ ਨੂੰ ਜਾਂ ਫੋਰਥ ਕਲਾਸ ਕਿਸੇ ਨੂੰ कोरोना ਪਾਸਟੋ ਹੁੰਦਾ ਉਹ ਦੇ ਉਹ ਇੱਕਦਮ ਸਪਰੈਡ ਹੋ ਸਕਦਾ ਤੋ ਬੱਚਿਆਂ ਨੂੰ ਰੋਕਿਆ ਨਹੀਂ ਜਾ ਸਕਦਾ ਅਸੀਂ ਜਿੰਨਾ ਮਰਜੀ ਕੰਟਰੋਲ ਕਰ ਲਈਏ ਭਾਵੇਂ 20 ਜਿਵੇਂ ਗਾਈਡਲਾਈਨ ਆਈ ਹੈ 20 ਬੱਚੇ ਬਿਠਾਓ ਠੀਕ ਹੈ ਵੱਡੇ ਬੱਚੇ ਨੇ ਪਲੱਸ 2 ਦੇ ਨੇ 9 ਦੇ ਨੇ 10 ਦੇ ਨੇ ਉਹ ਵੀ ਜਿਹੜੇ ਨੇ ਅਸੀਂ ਬੁਲਾਏ ਅਸੀਂ ਨੋਟਿਸ ਭੇਜਿਆ ਲੇਕਿਨ ਪੇਰੈਂਟਸ ਆਰ ਨੋਟ ਰੈਡੀ ਟੂ ਸੈਂਡ ਚਿਲड्रन ਟੂ ਸਕੂਲ ਉਹ ਰਿਸਕ ਨਹੀਂ ਲੈਣਾ ਚਾਹੁੰਦੇ ਮਤਲਬ ਇਵਨ ਹਾਲੇ ਵੀ ਜਿਹੜੇ ਇਨੁਮਤੀ ਤੋਂ ਬਾਅਦ ਵੀ ਹਾਲੇ ਵੀ ਬੱਚੇ ਜਿਹੜੇ ਉਸ ਤਰ੍ਹਾਂ ਜਿਹੜੇ ਨਹੀਂ ਆ ਰਹੇ ਅਸੀਂ ਸਾਰੇ ਸਕੂਲਾਂ ਦੀ ਅਸੀਂ ਰਿਪੋਰਟ ਲਈ ਹੈ ਅ ਅਗਰ ਕੰਸੈਂਟ ਆਇਆ ਸਪੋਸ ਆਊਟ ਆਫ 100 ਸਰੋ ਕੰਸੈਂਟ ਆਇਆ 40% ਦਾ ਕਿ ਅਸੀਂ 40% ਭੇਜਣ ਨੂੰ ਤਿਆਰ ਆਂ ਆਊਟ ਆਫ 40% ਵੀ ਓਨਲੀ 10% ਆਰ ਪ੍ਰੈਸੈਂਟ ਬਾਕੀ ਬੱਚੇ ਆਂਦੇ ਹੀ ਨਹੀਂ ਨਾ ਬੇਰਨ ਭੇਜ ਨਾ ਜਾਂਦੇ ਨੇ ਜਦੋਂ 10% ਦੇ ਬੱਚੇ ਆ ਸਕੂਲ ਚ ਆਉਣਗੇ ਤੋਂ ਬੜਾ ਮੁਸ਼ਕਲ ਹੈ ਸਕੂਲ ਸਾਰਾ ਸਟਾਫ ਤੇ ਆ ਰਿਹਾ ਹੈ ਲੇਕਿਨ ਬੱਚੇ ਨਹੀਂ ਆ ਰਹੇ ਹੁਣ ਕਿਸੇ ਕਲਾਸ ਚ 5 ਬੱਚੇ ਕਿਸੇ 10 ਬੱਚੇ ਹੈ ਤੋ ਬੜਾ ਮੁਸ਼ਕਲ ਹੈ ਉਹਨੂੰ ਕਿ ਹਾਲਾਂਕਿ ਗਾਈਡਲਾਈਨ ਇਹ ਹੈ ਕਿ ਬੱਚੇ ਸਕੂਲ ਆਣਗੇ ਸਿਰਫ ਆਪਣੀ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਨੋਟ ਫਾਰ ਰੈਗੂਲਰ ਸਟਡੀ ਰੈਗੂਲਰ ਸਟਡੀ ਔਨਲਾਈਨ ਹੋ ਰਹੀ ਹੈ ਪਰ ਦੇ ਕੈਨ ਕਮ ਟੂ ਸਕੂਲ ਜਸਟ ਟੂ ਸੋਲਵ देयर ਪ੍ਰੋਬਲਮ ਇਫ ਦੇ ਹੈਵ ਐਨੀ ਪ੍ਰੋਬਲਮ ਦੇ ਕੈਨ ਡਿਸਕਸ ਵਿਦ देयर ਟੀਚਰਸ ਤੋ ਇਹ ਗਾਈਡਲਾਈਨ ਹੈ ਅਸੀਂ ਫੇਰ ਵੀ ਟੀਚਰ ਬੜੀ ਮਿਹਨਤ ਟੀਚਰ ਆ ਕੇ ਪੂਰਾ ਟਾਈਮ ਸਕੂਲ ਤੇ ਬੈਠਦੇ ਨੇ ਆਪਣੀ ਡਿਊਟੀ ਪੂਰੀ ਕਰ ਰਹੇ ਨੇ ਆਨਲਾਈਨ ਵੀ ਪੜਾ ਰਹੇ ਨੇ ਬੱਚਿਆਂ ਦੀ ਪ੍ਰੋਬਲਮ ਵੀ ਸੋਲਵ ਕਰ ਰਹੇ ਨੇ ਟੀਚਰ ਹਾਰਡ ਵਰਕ ਵਰਕ ਕਰ ਰਹੇ ਨੇ ਮੈਂ ਇੱਕ ਹੋਰ ਗੋਤਮ ਜੀ ਤੁਹਾਨੂੰ ਦੱਸਣਾ ਚਾਹਨਾ ਜਦੋਂ ਰੈਗੂਲਰ ਸਕੂਲ ਪਹਿਲੇ ਚੱਲ ਰਿਹਾ ਸੀ ਉਦੋਂ ਟੀਚਰ ਇੰਨੀ ਮਿਹਨਤ ਟੀਚਰ ਨੂੰ ਨਹੀਂ ਸੀ ਕਰਨੀ ਪੈਂਦੀ ਉਹ ਜਿਵੇਂ ਰੁਟੀਨ ਵਰਕ ਸੀ ਉਹ ਕਰਦੇ ਸੀ ਨਾਓ ਦੇ ਆਰ ਡੂਇੰਗ 3 ਟਾਈਮਸ ਹਾਰਡ ਵਰਕ ਹੁਣ ਉਹਨਾਂ ਦਾ ਉਹਨਾਂ ਨੂੰ ਲੈਸਨ ਪਲੈਨਿੰਗ ਤਿਆਰ ਕਰਨੀ ਉਹਨਾਂ ਨੂੰ ਆਨਲਾਈਨ ਟੀਚ ਕਰਨਾ ਫਿਰ ਉਹਨੂੰ ਚੈੱਕ ਕਰਨਾ ਟੀਚਰ ਵਿਚਾਰੇ ਰਾਤ ਦੇ 12 12 ਵਜੇ ਤੱਕ ਜੋ ਮੈਨੂੰ ਸਮਝ ਆਦੀ ਹੈ ਜੋ ਮੇਰੇ ਨਾਲ ਡਿਸਕਸ਼ਨ ਹੁੰਦੀ ਹੈ ਉਹ ਵਿਚਾਰੇ ਲੱਗੇ ਰਹਿੰਦੇ ਨੇ ਜੇ ਫਿਰ ਵੀ ਉਹਨਾਂ ਨੂੰ ਉਹਨਾਂ ਦਾ ਉਹਨਾਂ ਦਾ ਮਿਹਨਤਾਨਾ ਉਹਨੂੰ ਸੈਲਰੀ ਨਾ ਮਿਲੇ ਅਫਸੋਸ ਹੈ ਬਸ ਸਰਕਾਰ ਤੋਂ ਕੁਝ ਇਸ ਮੁੱਦੇ ਤੇ ਚਾਹੁੰਦੇ ਕਿ ਸਰਕਾਰ ਜਿਹੜੀ ਹੈ ਕੁਝ ਇਸ ਮੁੱਦੇ ਨੂੰ ਲੈ ਕੇ ਕੋਈ ਇਸੇ ਉਹ ਕਰੇ ਕੋਈ ਨਾਲ ਉਤੋਂ ਲਾਵਾ ਟੈਕਸਿਸ ਸਾਡੇ ਜਿਹੜੇ ਐਜੂਕੇਸ਼ਨ ਮਿਨਿਸਟਰ ਨੇ ਵਿਜੇਂਦਰ ਸਿੰਘ ਰਾਜੀ ਉਹ ਬਹੁਤ ਇੰਟੈਲੀਜੈਂਟ ਨੇ ਮੈਂ ਉਹਨੂੰ ਪਰਸਨਲੀ ਜਾ ਕੇ ਮਿਲ ਕੇ ਆਇਆ ਸੀ ਇਸ ਪ੍ਰੋਬਲਮ ਨੂੰ ਹੱਲ ਕਰਨ ਵਾਸਤੇ ਉਦੋਂ ਹਾਲਾਂਕਿ ਮੈਂ ਹਸਪੀਟਲ ਐਡਮਿਟ ਸੀ ਤੋਂ ਮੈਂ ਫੇਰ ਵੀ ਉਥੋਂ ਡਾਕਟਰ ਸਾਹਿਬ ਕੋ ਪਰਮਿਸ਼ਨ ਲੈ ਕੇ ਉਹਨੂੰ ਮਿਲਣ ਗਿਆ ਬੜੀ ਅੱਛੀ ਗੱਲ ਉਹਨਾਂ ਨਾਲ ਹੋਈ ਨੋ ਡਾਊਟ ਹੀ ਇਜ਼ ਵੈਰੀ ਇੰਟੈਲੀਜੈਂਟ ਇਹ ਤੇ ਹੁਣ ਉਹਨਾਂ ਦੇ ਲੈਵਲ ਦੇ ਉੱਤੇ ਹੈ ਜੇ ਉਹ ਕੁਝ ਕਰ ਸਕਣ ਅਸੀਂ ਤਾਂ ਰਿਕੁਐਸਟ ਹੀ ਕਰ ਸਕਦੇ ਆ ਕਿ ਐਸ ਦੇ ਟੀਚਰ ਵੀ ਬੜੀ ਮਾੜੀ ਹਾਲਤ ਵਿੱਚ ਨੇ ਬੱਚਿਆਂ ਦਾ ਨੁਕਸਾਨ ਹੋ ਰਿਹਾ ਹੈ ਅਗਰ ਉਹ ਸਾਨੂੰ ਥੋੜੀ ਸਪੋਰਟ ਕਰ ਜਾਣ ਤੇ ਉਹਨਾਂ ਨੇ ਮੈਨੂੰ ਉਦੋਂ ਇੰਸ਼ੋਰੈਂਸ ਵੀ ਦਿੱਤੀ ਕਿ ਅਸੀਂ ਸਰਕਾਰ ਪੂਰਾ ਇੰਟਰਸਟ ਲੈ ਰਹੀ ਹੈ ਮੈਂ ਪਿਛੇ ਹੀ ਕੋਈ ਰਾਜਾ ਸਾਹਿਬ ਨੂੰ ਚੀਫ ਮਿਨਿਸਟਰ ਸਾਹਿਬ ਨੂੰ ਮਿਲ ਕੇ ਆਇਆ ਸੀ ਜੇ ਜੇ ਮੈਂ ਇੰਟਰਪਟ ਕਰਦਾ ਜੇ ਸਰਕਾਰ ਕੁਝ ਇਦਾਂ ਦਾ ਸਹਿਯੋਗ ਕਰਦੀ ਹੈ ਬਟ ਲੈਵਲ ਤੇ ਪਪ ਇਹਦਾ ਪੇਰੈਂਟਸ ਨੂੰ ਵੀ ਕੁਝ ਫਾਇਦਾ ਤੁਹਾਨੂੰ ਲੱਗਦਾ ਵੀ ਅੱਗੇ ਕੋਈ ਹੋ ਸਕਦਾ ਹੈ ਪੇਰੈਂਟਸ ਦਾ ਫਾਇਦਾ ਤੇ ਜੀ ਬੱਚਾ ਹੀ ਪੜ੍ਹਾਈ ਪ੍ਰੋਪਰ ਹੋ ਜਾਏ ਪੇਰੈਂਟਸ ਨੂੰ ਇਸ ਤੋਂ ਵੱਡੀ ਹੋਰ ਹੈਲਪ ਨਹੀਂ ਮਿਲ ਸਕਦੀ ਅਗਰ ਮੈਂ ਕਹਾਂ ਕਿ ਗਵਰਨਮੈਂਟ ਕੋ ਫਾਈਨੈਂਸ਼ੀਅਲੀ ਕਰੇ ਪੇਰੈਂਟਸ ਨੂੰ ਉਹ ਗਵਰਨਮੈਂਟ ਨਾ ਕਰ ਸਕਦੀ ਹੈ ਨਾ ਪੋਸੀਬਲ ਹੈ ਸਿਰਫ ਮੈਂ ਸਮਝਦਾ 1-2% ਪੇਰੈਂਟਸ ਐਸੇ ਨੇ ਜਿਨ੍ਹਾਂ ਦੇ ਰੋਜ਼ਗਾਰ ਇਸ ਵਾਲੇ ਵੀ ਇਫੈਕਟਡ ਹੈ ਬਾਕੀ ਦੇ ਤਾਂ ਬਿਜ਼ਨਸ ਬੜਾ ਸੋਹਣਾ ਕਾਰੋਬਾਰ ਚੱਲਦਾ ਪਿਆ ਸਭ ਦੇ ਠੀਕ ਹੈ ਕੁਝ ਪੇਰੈਂਟਸ ਨੇ ਸਾਨੂੰ ਅਪਲਾਈ ਕੀਤਾ ਫੀ ਕੰਸੈਸ਼ਨ ਵਾਸਤੇ ਕਿਉਂਕਿ ਸਾਨੂੰ ਉੱਪਰ ਗਾਈਡਲਾਈਨ ਹੈ ਕਿ ਉਹਨਾਂ ਦਾ ਤੁਸੀਂ ਇਨਕੁਆਇਰੀ ਕਰੋ ਕਿ ਵਾਕਈ ਉਹ ਐਲੀਜੀਬਲ ਨੇ ਅਸੀਂ ਇਨਕੁਆਇਰੀ ਕੀਤੀ ਦੇ ਆਰ ਇੰਜੋਇੰਗ ਦੇ ਆਰ ਵੈਰੀ ਗੁੱਡ ਲਾਈਫ ਘਰ ਬੂਏ ਅੱਛੇ ਨੇ ਕਾਰੋਬਾਰ ਅੱਛੇ ਨੇ ਸਭ ਕੁਝ ਅੱਛਾ ਹੈ ਈਵਨ ਦੈਨ ਦੇ ਆਰ ਅਪਲਾਈਂਗ ਫਾਰ ਫੀ ਕੰਸੈਸ਼ਨ ਵਾਈ ਦੇ ਆਰ ਐਮਪਲਾਈਂਗ ਆਈ ਫੇਲ ਟੂ ਅੰਡਰਸਟੈਂਡ ਉਹ ਮੈਨੂੰ ਨਹੀਂ ਸਮਝ ਆਈ ਕਿ ਕਿਉਂ ਕਰ ਰਹੇ ਨੇ ਤੇ ਇਹੋ ਜੀ ਸੋਚ ਨਹੀਂ ਹੋਣੀ ਚਾਹੀਦੀ ਵਾਕਈ ਉਹ ਕ੍ਰਾਈਸਿਸ ਵਿੱਚ ਨੇ ਦੇ ਸ਼ੁੱਡ ਕਮ ਟੂ ਅਸ ਉਹ ਸਾਡੇ ਕੋਲ ਆਣ ਆ ਕੇ ਬੈਠਣ ਡਿਸਕਸ ਕਰਨ ਅਸੀਂ ਤਿਆਰ ਹਾਂ ਉਹਨੂੰ ਸੁਣਨ ਨੂੰ ਅਸੀਂ ਦੇਣ ਨੂੰ ਵੀ ਤਿਆਰ ਹਾਂ ਹੈਲਪ ਕਰਨ ਨੂੰ ਵੀ ਤਿਆਰ ਹਾਂ ਮਾੜੇ ਟਾਈਮ 'ਚ ਹਰ ਬੰਦਾ ਅਸੀਂ ਪੰਜਾਬੀ ਖਾਸ ਤੌਰ ਤੇ ਮਾੜੇ ਟਾਈਮ 'ਚ ਅਸੀਂ ਖੜੇ ਹੋ ਜਾਂਦੇ ਇੱਕ ਦੂਸਰੇ ਨਾਲ ਉਹ ਬੱਚੇ ਸਾਡੇ ਨੇ ਅਸੀਂ ਕਦੀ ਨਹੀਂ ਸੋਚ ਕੇ ਚੱਲਿਆਗਾ ਅਸੀਂ ਮੈਂ ਹਮੇਸ਼ਾ ਹੀ ਮੇਰੀ ਪਾਲਿਸੀ ਰਹੀ ਹੈ ਹਰ ਸਟੇਜ ਤੇ ਤੋਂ ਬੋਲਦਾ ਹਾਂ ਜਦੋਂ ਬੱਚਾ ਸਕੂਲ ਚ ਆ ਗਿਆ ਬੱਚਾ ਮਾਪੇ ਅਸ ਹੀ ਆ ਜਦੋਂ ਬੱਚਾ ਘਰ ਆ ਮਾਪੇ ਉਹਨੇ ਬੱਚੇ ਦੇ ਮਾਪੇ ਦੋ ਹੁੰਦੇ ਨੇ ਸਕੂਲ ਚ ਟੀਚਰ ਘਰ ਵਿੱਚ ਪੇਰੈਂਟਸ ਅਸੀਂ ਰਲ ਕੇ ਉਹਨਾਂ ਬਾਰੇ ਸੋਚਦੇ ਹਾਂ ਲੇਕਿਨ ਪੇਰੈਂਟਸ ਨੂੰ ਹੀ ਸੋਚਣਾ ਚਾਹੀਦਾ ਜਿਹੜੇ ਮਾਪੇ ਸਕੂਲ ਬੈਠੇ ਨੇ ਜਿਹੜੇ ਐਜੂਕੇਸ਼ਨ ਦੇ ਰਹੇ ਨੇ ਸਭ ਤੋਂ ਉੱਚ ਗਿਆ ਅਗਰ ਅਗਰ ਦੇਣ ਹੈ ਤਾਂ ਉਹ ਹੈ ਐਜੂਕੇਸ਼ਨ ਉਹ ਅਸੀਂ ਦੇ ਰਹੇ ਹਾਂ ਐਜੂਕੇਸ਼ਨ ਦੇ ਨਾਲ ਹੀ ਇਨਸਾਨੀਅਤ ਬੱਚੇ ਚਾਹੁੰਦੀ ਹੈ ਬੱਚਾ ਅੱਗੇ ਵਧਦਾ ਸਾਰੀ ਜ਼ਿੰਦਗੀਆਂ ਨੇ ਉਹਨੇ ਜ਼ਿੰਦਗੀ ਚ ਕਮਾਣਾ ਹੈ ਉਹਨੇ ਕੁਝ ਬਨਣਾ ਹੈ ਉਹ ਅਸੀਂ ਬਣਾਣਾ ਹੈ ਅਗਰ ਅਸੀਂ ਕਰ ਰਹੇ ਜਸਸੀ ਵਾਲੀ ਦੇ ਰਹੇ ਆ ਕਰ ਰਹੇ ਆ ਟੀਚਰ ਦੇ ਰਹੇ ਨੇ ਤੇ ਪੇਰੈਂਟਸ ਨੂੰ ਸੋਚਣਾ ਚਾਹੀਦਾ ਹੈ ਸਾਰੀਦਰ ਕੁਐਸਟ ਅਸੀਂ ਲੜਕੇ ਨਹੀਂ ਚੱਲਣਾ ਚਾਹੁੰਦੇ ਨਾ ਅਸੀਂ ਅੜ ਕੇ ਚੱਲਣਾ ਚਾਹੁੰਦੇ ਅਸੀਂ ਆਪਣਾ ਫਰਜ਼ ਨਿਭਾ ਰਹੇ ਆ ਲੇਕਿਨ ਪੇਰੈਂਟ ਨੂੰ ਚਾਹੀਦਾ ਆਪਣਾ ਫਰਜ਼ ਨਿਭਾਣ ਠੀਕ ਹੈ ਨਹੀਂ ਤਾਂ ਸਰ ਹੋ ਗਈ ਫਿਜ਼ੀਕਲ ਹੋ ਰਿਹਾ ਜੀ ਮੈਂ ਇਹ ਪੁੱਛਣਾ ਚਾਹਣਾ ਵੀ ਜਿੱਦਾਂ ਹੁਣ ਬੱਚਿਆਂ ਨੂੰ ਗਾਈਡੈਂਸ ਟੀਚਰ ਵੀ ਦੇ ਰਿਹਾ ਹੈ ਇੱਕ ਤੁਸੀਂ ਸਿੱਖਿਆ ਵਿਧ ਹੋਣ ਦੇ ਨਾਤੇ ਕੀ ਕਹਿਣਾ ਚਾਹੁੰਦੇ ਹੋ ਵੀ ਬੱਚੇ ਆਪਣੀ ਜਿਹੜੀ ਜਦ ਤੱਕ ਇਹ ਸਿਨੈਰੀਓ ਚਲਦਾ ਪਿਆ ਹੈ ਕਿਸ ਤਰ੍ਹਾਂ ਆਪਣੀ ਸਟੱਡੀ ਕਰਨ ਔਰ ਆਲਵਾ ਟਾਈਮ ਤੁਹਾਨੂੰ ਐਜੂਕੇਸ਼ਨ ਨੂੰ ਲੈ ਕੇ ਕਿਸ ਤਰ੍ਹਾਂ ਲੱਗਦਾ ਹੈ ਉਹ ਥੋੜਾ ਥੋੜਾ ਮੈਂ ਹਮੇਸ਼ਾ ਬੱਚਾਂ ਨੂੰ ਇਹੀ ਕਹਿਣਾ ਐਜੂਕੇਸ਼ਨ ਦਾ ਮਤਲਬ ਸਿਰਫ ਬੋਕਿਸ ਨੌਲੇਜ ਨਹੀਂ ਹੋਣੀ ਚਾਹੀਦੀ ਜੇ ਜਿਹੜੇ ਕਿਤਾਬਾਂ ਨੇ ਉਹ ਪੜੀ ਜਾਣ ਤੇ ਉਹ ਅਗਰ ਇਹ ਲੈਸ ਖਤਮ ਹੋ ਗਿਆ ਤੇ ਉਹ ਆਪਣਾ ਬੱਚਾ ਉਸ ਤੋਂ ਬਾਅਦ ਟੀਵੀ ਵਾਲੇ ਪਾਸੇ ਜਾਂ ਮੋਬਾਈਲ ਦੇ ਪਾਸੇ ਲੱਗਾ ਰਵੇ ਨਹੀਂ ਮੈਨੂੰ ਬੜਾ ਅੱਛਾ ਲੱਗਿਆ 2-3 ਦਿਨ ਪਹਿਲਾਂ ਕੋਮ ਬੜੀਆ ਕਰੋੜਪਤੀ ਉਹਦੇ ਵਿੱਚ ਇੱਕ ਦਿਵਾਂਗਰ ਨਾਮ ਦਾ ਬੱਚਾ ਅਮਿਤਾ ਵਜਨ ਸਾਹਿਬ ਦੇ ਸਾਹਮਣੇ ਬੈਠਾ ਸੀ 12 ਸਾਲ ਦਾ ਬੱਚਾ ਮੈਂ ਉਹਦੀ ਜਨਰਲ ਨੌਲੇਜ ਦੇਖ ਕੇ ਬੰਗਲੌਰ ਦਾ ਬੱਚਾ ਸੀ ਮੈਂ ਲਾਜਬਾਬ ਯਾਨੀ ਉਹ ਬੱਚਾ ਸੀ ਮਹਰਾਨ ਹੋ ਗਿਆ ਉਹ ਸੰਸਕਾਰ ਕਿੱਥੋਂ ਆਏ ਉਹ ਬੱਚਾ ਬਾਰ ਬਾਰ ਇਹ ਬੋਲ ਰਿਹਾ ਸੀ ਮੇਰੀ ਮਾਂ ਨੇ ਮੈਨੂੰ ਕਰਵਾਇਆ ਤੇ ਮੇਰੇ ਸਕੂਲ ਨੇ ਮੇਰੇ ਟੀਚਰਾਂ ਦਾ ਮੈਂ ਦੇਨਦਾਰ ਆ ਐਨੇ ਛੋਟੇ ਬੱਚੇ ਦੀ ਐਨੀ ਨੌਲੇਜ ਹੋਣੀ ਸ਼ੁਰੂਆਤ ਘਰ ਤੋਂ ਹੁੰਦੀ ਹੈ ਅਗਰ ਪੋਜ਼ਿਟਿਵ ਥਿੰਕਿੰਗ ਹੈ ਮਾਪੇ ਅਗਰ ਪੋਜ਼ਿਟਿਵ ਥਿੰਕਿੰਗ ਰੱਖਦੇ ਸੰਸਕਾਰ ਅੱਛੇ ਦੇ ਰਹੇ ਨੇ ਬੱਚੇ ਦੀ ਪਰਵਰਿਸ਼ ਸੰਸਕਾਰਾਂ ਨਾਲ ਤੇ ਟੀਚਰਾਂ ਦੇ ਹੈਲਪ ਦਾ ਹੁੰਦੀ ਹੈ ਅਗਰ ਉਹ ਬੱਚੇ ਕੋਲ ਟਾਈਮ ਬਚਦਾ ਹੈ ਉਹ ਬੱਚਿਆਂ ਨੂੰ ਜਨਰਲ ਨੌਲੇਜ ਵਾਸਤੇ ਇਹ ਪੇਰੈਂਟਸ ਮੈਂ ਆਪਣੇ ਮੇਰੇ ਪੋਤਾ-ਪੋਤੀ ਨੇ ਉਹ ਵੀ ਮੇਰੇ ਕੋਲ ਪੜਦੇ ਨੇ ਮੇਰੇ ਖਾਲਸ ਮੈਂ ਘੱਟ 50 ਬੁੱਕਸ ਦਿੱਤੀਆਂ ਉਹਨਾਂ ਨੂੰ ਮੈਂ ਨਾਲ ਸੁਪਰਵਾਈਜ਼ ਕਰਦਾ ਉਹਨਾਂ ਨੂੰ ਸੁਪਰਵੀਜ਼ਨ ਮੇਰੀ ਹੁੰਦੀ ਹੈ ਮੈਂ ਜਨਰਲ ਨੌਲੇਜ ਦੀਆਂ ਕਿਤਾਬਾਂ ਰੱਖੀਆਂ ਬੁੱਕਸ ਰੱਖੀਆਂ ਉਹਨਾਂ ਨੂੰ ਮੈਂ ਕਹਿੰਦਾ ਆ ਪੜੋ ਉਹਨਾਂ ਨੂੰ ਫੇਮ ਉਹਨੇ ਡੈਸਕਟਾਪ ਲੈਣਾ ਜਿੰਨੇ ਬਿਊਰੋਕ੍ਰੇਟਸ ਦੇ ਜਿੰਨੇ ਆਈਐਸ ਨੇ ਆਈਪੀਐਸ ਨੇ ਜੱਜਸ ਨੇ ਇਹ ਬੰਦੇ ਕਿਸ ਤਰ੍ਹਾਂ ਦੇ ਅਗਰ ਅਸੀਂ ਕੱਲੀ ਗਈਏ ਸਕੂਲ ਦੀ ਪੜਾਈ ਹੋ ਜਾਵੇ ਐਕਸਟਰਨਲ ਨੌਲੇਜ ਹੋਵੇ ਹੀ ਨਾ ਨਿਊਜ਼ਪੇਪਰ ਪੜ੍ਹ ਲੈਣਾ ਠੀਕ ਹੈ ਜੀ ਨਿਊਜ਼ਪੇਪਰ ਤੋਂ ਮੈਂ ਕਈ ਵਾਰ ਬੱਚਾ ਗਾਈਡਲਾਈਨ ਦੇਣਾ ਹੁਣਾ ਆ ਸਿਲੈਕਟਡ ਨਿਊਜ਼ ਹੁੰਦੀਆਂ ਇਹਨਾਂ ਨੂੰ ਪੜੋ ਜਨਰਲ ਨੌਲੇਜ ਵਿੱਚ ਇਹ ਟੌਪਿਕ ਪੜੋ ਜਿੰਨੀ ਜਨਰਲ ਨੌਲੇਜ ਹੋਏਗੀ ਇੱਕ ਇੰਗਲਿਸ਼ ਇੱਕ ਜਨਰਲ ਨੌਲੇਜ ਹੁਣ ਪੋਲੀਟਿਕਲ ਸਾਇੰਸ ਸਬਜੈਕਟ ਜਾਂ ਸਵਿਕਸ ਹੈ ਜਾਂ ਐਸਐਸਟੀ ਹੈ ਇਹ ਸਾਰੀ ਜਨਰਲ ਨੌਲੇਜ ਹੈ ਹਿਸਟਰੀ ਸਾਰੀ ਜਨਰਲ ਨੌਲੇਜ ਹੈ ਜਿੰਨਾ ਮੈਕਸਮ ਪੜੋਗੇ YouTube ਤੇ ਬੜਾ ਕੁਝ ਹੈ ਸਿੱਖਣ ਵਾਸਤੇ ਇਹ ਮੇਰੀ ਗਾਈਡਲਾਈਨ ਹੁੰਦੀ ਹੈ ਤੁਸੀਂ ਐਕਸਟਰਾ ਟਾਈਮ 'ਚ ਇਹ ਇਹ ਇਧਰ ਪਾਸੇ ਜਾਓ ਇਹਨਾਂ ਨੂੰ ਪੜੋ ਤੁਸੀਂ ਕੱਲ ਕੰਪੀਟੀਸ਼ਨ 'ਚ ਬੈਠੋ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦਿੰਦਾ ਮੇਰੇ ਦੋਸਤ ਸੀ ਇੱਥੇ ਸੈਸ਼ਨ ਜਜ ਹੁੰਦੇ ਸੀ ਲੁਧਿਆਣੇ 'ਚ ਮਿਸਟਰ ਮੋਦੀ ਬੜੀ ਅੱਛੀ ਉਹਨਾਂ ਦੀ ਗੱਲ ਸੀ ਕਿਉਂਕਿ ਇਹੋ ਜਿਹੇ ਬੰਦਿਆਂ ਨੂੰ ਅਸੀਂ ਟਾਈਮ ਟੂ ਟਾਈਮ ਸਕੂਲ ਬੁਲਾਉਂਦੇ ਆ ਬੱਚਿਆਂ ਨੂੰ ਇੰਟਰੈਕਸ਼ਨ ਵਾਸਤੇ ਅਗਰ ਇੱਕ ਲਾਈਨ ਵੀ ਐਹੋ ਜੀ ਬੋਲ ਜਾਣ ਤੇ ਬੱਚੇ ਦੀ ਜ਼ਿੰਦਗੀ ਉਹਦੇ ਨਾਲ ਕਈ ਬੱਚਿਆਂ ਦੀ ਜ਼ਿੰਦਗੀ ਹੀ ਬਦਲ ਜਾਂਦੀ ਹੈ ਉਹ ਉਹਨਾਂ ਨੇ ਇੱਕ ਉਹਨਾਂ ਦੀ ਲਾਈਨ ਬੜੀ ਅੱਛੀ ਹੁੰਦੀ ਸੀ ਯੂ ਵਾਂਟ ਟੂ ਬੀ ਮਾਸਟਰ ਇਨ ਯੋਰ ਲਾਈਫ অর ਸਲੇਵ ਜ਼ਿੰਦਗੀ ਗੁਲਾਮ ਬੰਨਾ ਚਾਹੁੰਦੇ ਹੋ ਜਾਂ ਮਾਸਟਰ ਬੰਨਾ ਚਾਹੁੰਦੇ ਹੋ ਕਹਿੰਦੇ ਲੁੱਕ ਐਟ ਮੀ ਮੈਨੂੰ ਦੇਖੋ ਮੈਂ ਆ ਜੱਜਾਂ ਮੈਂ ਸਭ ਨੇ ਬੈਠਾ ਅਗਰ ਮੇਰੀ ਗਰਦਨ ਇਦਾਂ ਨੂੰ ਮੋੜ ਜਾਵੇ ਤੇ ਲਾਈਫ ਜਿਹੜਾ ਸਾਹਮਣੇ ਖੜਾ ਹੈ ਉਦੀ ਲਾਈਫ ਕੁਝ ਹੋਰ ਹੋ ਬਣ ਜਾਏਗੀ ਜੇ ਮੈਂ ਇਧਰ ਨੂੰ ਐ ਕਰ ਦਵਾ ਤੂੰ ਮੈਂ ਅਸੀਂ ਅਸੀਂ ਪੜ੍ਹ ਲਿਖ ਕੇ ਸਾਡੇ ਬਾਪਿਓ ਨੇ ਸਾਨੂੰ ਇੱਥੇ ਬਿਠਾਇਆ ਸੰਸਕਾਰ ਦਿੱਤੇ ਪੋਜੀਟਿਵ ਚੀਜ਼ਾਂ ਦਸੀਆਂ ਤੇ ਅੱਜ ਮੈਂ ਮਾਸਟਰ ਬਣ ਕੇ ਬੈਠਾ ਤੇ ਕਈ ਲੋਕ ਨੇ ਸਾਰੀ ਜ਼ਿੰਦਗੀ ਚ ਸਾਰੀ ਜ਼ਿੰਦਗੀ ਅਗਰ ਬਿਨਾਂ ਐਜੂਕੇਸ਼ਨ ਤੋਂ ਉਹ ਗੁਲਾਮੀ ਰਹੇ ਹੁੰਦੀ ਹੈ ਇਹ ਚੀਜ਼ ਮੈਂ ਹਮੇਸ਼ਾ ਬੱਚਨਾਂ ਦੱਸਦਾ ਹੁੰਨਾ ਜ਼ਿੰਦਗੀ ਚ ਬੀ ਮਾਸਟਰੀ ਇਨ ਯਰ ਲਾਈਫ ਉਸ ਪਾਸੇ ਜਾਓ ਆਈਐਸ ਬਣੋ ਆਈਪੀਐਸ ਬਣੋ ਡਾਕਟਰ ਬਣੋ ਇੰਜੀਨੀਅਰ ਬਣੋ ਡ੍ਰੀਮ ਉੱਚਾ ਲੈ ਕੇ ਜਾਓ ਉਹ ਡ੍ਰੀਮ ਉੱਚਾ ਰੱਖਣਾ ਹੈ ਤੇ ਉਹਦੇ ਵਾਸਤੇ ਇੱਕੋ ਹੀ ਚੀਜ਼ ਹੈ ਤੁਹਾਡੇ ਕੋਲੇ ਇੱਕੋ ਹੀ ਵੈਪਨ ਤੁਹਾਡੇ ਕੋਲ ਹੈ ਉਹ ਐਜੂਕੇਸ਼ਨ ਉਹਨੂੰ ਅੱਗੇ ਰੱਖੋ ਬਾਕੀ ਸਭ ਚੀਜ਼ਾਂ ਪਿੱਛੇ ਰਹਿ ਜਾਣੀ ਹੈ ਟੀਚਰਾਂ ਨਾਲ ਫਰੈਂਡਸ਼ਿਪ ਰੱਖੋ ਟੀਚਰਾਂ ਕੋਲੋਂ ਰੋਇਹ ਕੁਐਸਚਨ ਪੁੱਛੋ ਵੱਧ ਤਵਜਾ ਤੂੰ ਟੀਚਰ ਕੋ ਲੈ ਸਕਦੇ ਹੋ ਯੂ ਆਰ ਪੇਇੰਗ ਫਾਰ 댓 ਤੂੰ ਫੀ ਦੇ ਰਹੇ ਹੋ ਟੀਚਰ ਕੋ ਵੱਧ ਵੱਧ ਕੁਐਸਚਨ ਕਰੋ ਵੱਧ ਕਰੂ ਕੁਐਸਚਨ ਲੈ ਕੇ ਆਓ ਨਾਲ ਇਹ ਜਿਹੜਾ ਇੰਟਰਸਟ ਅਗਰ ਜਿਸਨ ਪੈ ਗਿਆ ਬੱਚੇ ਚ ਬੱਚਾ ਕੁਛ ਨਾ ਕੁਛ ਹੀ ਬਣ ਜਾਏਗਾ ਠੀਕ ਤੇ ਇਹ ਸੰ ਸਾਡੇ ਨਾਲ ਡਾਕਟਰ ਰਜੇਸ਼ ਰੁਦਰਾ ਜਿਹੜੇ ਕਿ ਸਕੂਲਾਂ ਦੀ ਫੈਡਰੇਸ਼ਨ ਦੇ ਵੀ ਸੀਨੀਅਰ ਵਾਈਸ ਪ੍ਰਧਾਨ ਹੈ ਆਲ ਇੰਡੀਆ ਦੇ ਤੇ ਇਹਨਾਂ ਦੇ ਆਪਣੇ ਸਕੂਲ ਵੀ ਹੈ ਪੰਜਾਬ ਦੇ ਵੀ ਜਿਹੜੇ ਪ੍ਰਾਈਵੇਟ ਸਕੂਲਾਈਜ਼ੇਸ਼ਨ ਦੇ ਪ੍ਰੈਜ਼ੀਡੈਂਟ ਹੈ ਤੇ ਨਾਲ ਹੀ ਇਹਨਾਂ ਦੇ ਸਕੂਲ ਹੈ ਆਪਣੇ ਵੀ ਤੇ ਐਜੂਕੇਸ਼ਨਿਸਟ ਹੈ ਪਿਛਲੇ 40-42 ਸਾਲ ਤੋਂ ਜਿਹੜੀ ਯੋਗਦਾਨ ਦੇ ਰਹੇ ਐ ਤੇ ਇਹਨਾਂ ਨੇ ਜਿਹੜੀਆਂ ਸਿੱਖਿਆ ਨੂੰ ਲੈ ਕੇ ਕੋਵਿਡ ਨੂੰ ਲੈ ਕੇ ਹੋਰ ਜਿਹੜੇ ਸਿਨੈਰੀਓ ਨੂੰ ਲੈ ਕੇ ਖੁੱਲ ਕੇ ਅੱਜ ਗੱਲਾਂ ਕੀਤੀਆਂ ਤੇ ਜਿਨ੍ਹਾਂ ਵਿੱਚ ਉਹਨਾਂ ਨੇ ਬੜਾ ਕੁਝ ਜਿਹੜੀਆਂ ਪੇਰੈਂਟਸ ਦੇ ਜਿਹੜੇ ਸਵਾਲ ਸੀਗੇ ਉਹਨਾਂ ਦੇ ਵਿੱਚ ਜਵਾਬ ਦਿੱਤੇ ਐ ਆਪਣੀ ਦਿੱਕਤਾਂ ਵੀ ਟੀਚਰਾਂ ਦੀਆਂ ਦਿੱਕਤਾਂ ਵੀ ਸਕੂਲ ਵਾਲੀਆਂ ਤੇ ਸਰਕਾਰ ਤੋਂ ਵੀ ਜਿਹੜੀਆਂ ਉਮੀਦਾਂ ਤੇ ਪੇਰੈਂਟਸ ਨੂੰ ਜਿਹੜੇ ਸਹਿਯੋਗ ਕਰ ਸਕਦੇ ਉਹਦੇ ਬਾਰੇ ਵੀ ਦੱਸਿਆ ਇਸੇ ਤਰ੍ਹਾਂ ਹੀ ਲਗਾਤਾਰ ਅਸੀਂ ਅੱਗੇ ਵੀ ਇਨਾ ਪੱਕਦੇ ਮੁੱਛਲਿਆਂ ਦੇ ਅਸੀਂ ਗੱਲਬਾਤ ਕਰਦਾਂਗੇ ਬਣੇ ਰੋ ਦੀ ਜਾਗਤੀ ਲੈ ਦੇ ਨਾਲ ਮੈਂ ਗੋਤਮ ਜੰਦਰੀ ਅਨਿਲ ਪਾਸੀ ਦੇ ਨਾਲ